ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਪ੍ਰਭਾਤ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ ਗੁਰੂ ਹਜ਼ੂਰੀ ਨੂੰ ਭਾਵੇਂ ਸਰੀਰਕ ਰੂਪ ਵਿੱਚ ਹਾਜ਼ਰ ਹੋ ਕੇ ਸੰਗਤ ਦਾ ਸਮਾਂ ਮਾਨਣ ਦਾ ਸੁਭਾਗ ਬਣਿਆ ਹੈ ਜਾਂ ਘਰਾਂ ਥਾਵਾਂ ਤੋਂ TV ਜਾਂ ਹੋਰ ਮੀਡੀਆ ਸੋਰਸਿਸ ਰਾਹੀਂ ਲਾਈਵ ਸਟ੍ਰੀਮ ਰਾਹੀਂ ਆਪ ਮਾਣ ਪਾ ਰਹੇ ਹੋ ਵਡਭਾਗਤਾ ਹੈ। ਅਜੇ ਹੁਣੇ ਸਾਡਾ ਜਮਾਤੀ ਨਿਤਨੇਮ ਆਸਾ ਕੀ ਵਾਰ ਸੰਪੂਰਨ ਹੋਈ ਹੈ। ਹੁਣ ਸਮਾਂ ਗੁਰ ਸ਼ਬਦ ਵਿਆਖਿਆਨ ਦਾ ਹੈ, ਜਿਸ ਗੁਚਰੇ ਜੋ ਅੱਜ ਦੇ ਗੁਰਵਾਕ ਗੁਰਬਚਨ ਸਾਨੂੰ ਪ੍ਰਾਪਤ ਨੇ ਉਹਨਾਂ ਦਾ ਅਸੀਂ ਵਿਆਖਿਆਨ ਕਰਾਂਗੇ। ਅੱਜ ਦਾ ਹੁਕਮਨਾਮੇ ਦਾ ਬਚਨ ਰਾਗ ਸੋਰਠ ਦੀ ਰਚਨਾ ਹੈ। ਮਹਲਾ ਪੰਜਵਾਂ, ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਸ਼ਬਦ ਕੋਈ ਬਹੁਤ ਲੰਮੇਰਾ ਨਹੀਂ, ਦੋ ਬੰਦਾਂ ਦਾ ਵਾਕ ਹੈ। ਰਹਾਉ ਦੇ ਪਦੇ ਤੋਂ ਅਸੀਂ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਸਾਹਿਬ ਜ਼ਿਕਰ ਕਰਦੇ ਨੇ, ਸੰਤੋ ਸੁਖ ਹੋਵਾ ਸਭ ਥਾਈਂ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈਂ ਰਹਾਉ। ਸੰਤੋ ਸੁਖ ਹੋਵਾ ਸਭ ਥਾਈਂ, ਗੁਰਬਾਣੀ ਦੀ ਸਿੱਖਿਆ ਮਲਟੀ ਡਾਇਮੈਂਸ਼ਨਲ ਆ ਮਹਾਰਾਜ। ਕੀ ਦੀਨ ਅਤੇ ਕੀ ਦੁਨੀ, ਸਭ ਕੁਝ ਹੀ ਸਾਨੂੰ ਬਖਸ਼ ਰਹੇ ਨੇ। ਅਸੀਂ ਲਿਟਰਲੀ ਤੌਰ 'ਤੇ ਬਾਣੀ 'ਚ ਬਚਨ ਪੜ੍ਹਦੇ ਹਾਂ, ਦੀਨ ਕੈ ਤੋਸੈ ਦੁਨੀ ਨਾ ਜਾਏ। ਤੈਨੂੰ ਜੋ ਧਰਮ ਦਾ ਸੰਦੇਸ਼ ਬਾਬੇ ਨੇ ਦਿੱਤਾ, ਉਹਦੇ ਸਦਕਾ ਤੈਨੂੰ ਦੀਨ 'ਤੇ ਮਿਲੇਗਾ, ਧਰਮ 'ਤੇ ਮਿਲੇਗਾ, ਪਰ ਤੇਰੀ ਦੁਨੀਆ ਵੀ ਉਹ ਵੀ ਸਵਰੇਗੀ। ਇਹ ਰਿਹਾ ਕਿ ਮਨੁੱਖ ਨੇ ਮੋਸਟਲੀ ਇਸ ਤਰੀਕੇ ਨਾਲ ਮੰਨਿਆ ਕਿ ਦੁਨੀਆ ਗਵਾ ਕੇ ਦੀਨ ਮਿਲਦਾ ਆ। ਧਰਮ ਪਰਮਾਰਥ ਆ ਅਤੇ ਪਰਮਾਰਥ ਹਮੇਸ਼ਾ ਪਦਾਰਥ ਦੇ ਓਪੋਜ਼ਿਟ ਖੜਦਾ ਆ। ਜਿੰਨੇ ਪਦਾਰਥ ਨਹੀਂ ਤਿਆਗਿਆ ਉਹਨੂੰ ਪਰਮਾਰਥ ਨਹੀਂ ਮਿਲੇਗਾ। ਇਹ ਬਾਤ ਰਹੀ ਹੈ ਗੁਰਮਤਾਸ਼ੇ 'ਚ। ਕੁਝ ਬਾਤ ਇਸ ਤੋਂ ਅਗਲੇਰੀ ਹੈ। ਅਸੀਂ ਗੁਰੂ ਨਾਨਕ ਸਾਹਿਬ ਦੀ ਜਦੋਂ ਸਤੁਤੀ ਪੜ੍ਹਦੇ ਹਾਂ ਨਾ ਭੱਟਾਂ ਦੇ ਸਵਈਆਂ ਦੇ ਵਿੱਚ, ਉਹ ਜ਼ਿਕਰ ਹੀ ਇੱਥੋਂ ਸ਼ੁਰੂ ਕਰਦੇ ਨੇ ਵੀ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਮੈਂ ਗੁਰੂ ਨਾਨਕ ਸਾਹਿਬ ਦਾ ਗੁਣਗਾਨ ਕਰਦਾ ਹਾਂ, ਭੱਟ ਸਾਹਿਬਾਨ ਕਹਿੰਦੇ, ਇਸ ਕਰਕੇ ਗੁਣਗਾਨ ਕਰਦਾ ਕਿਉਂਕਿ ਉਹ ਪਰਮ ਗੁਰੂ ਹੈ, ਮਤਲਬ ਸੁਪੀਰੀਅਰ ਮਾਸਟਰ। ਉਸ ਤੋਂ ਵੱਡਾ ਕੀ ਕੋਈ ਗੁਰ ਗਿਆਨ ਦਏਗਾ ਸਾਨੂੰ ਅਤੇ ਕੀ ਕੋਈ ਸਮਝਾਏਗਾ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਉਹ ਸੁੱਖ ਦਾ ਸਾਗਰ ਹੈ। ਦੁਰਤ ਨਿਵਾਰਨ ਸ਼ਬਦ ਸਰੇ, ਦੁਰਤ ਨਿਵਾਰਨ, ਇਹ ਬਚਨ ਵੀ ਪਰਮੇਸ਼ਰ ਦਿੱਤਾ ਬੰਨਾ ਇੱਥੋਂ ਸ਼ੁਰੂ ਹੋ ਰਿਹਾ ਹੈ। ਦੁਰਤ, ਇੱਕ ਬੰਦਾ ਬਹੁਤ ਕੁਝ ਹੋ ਸਕਦਾ ਹੈ, ਉਹ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਬੜੀਆਂ ਵੱਡੀਆਂ ਆਦੀਆਂ ਉਪਾਧੀਆਂ ਤੱਕ ਪ੍ਰਾਪਤ, ਵੱਡੇ ਵੱਡੇ
ਅਹੁਦਿਆਂ ਤੱਕ ਲਿਜਾ ਸਕਦਾ, ਬੜੀ ਵੱਡੀ ਪ੍ਰਾਪਤੀ ਕਰ ਸਕਦਾ। ਪਰ ਰਸਤੇ 'ਚ ਕੁਝ ਰੋਕਾਂ ਨੇ। ਸਭ ਤੋਂ ਵੱਡੀ ਰੋਕ ਕੀ ਹੈ? ਆਲਸ। ਕਹਿੰਦਾ ਮੈਂ ਬਣ ਤਾਂ ਸਕਦਾ ਪਰ ਯੂ ਸਮ ਹਾਓ ਮੈਂ ਨਾ ਐਫਰਟ ਨਹੀਂ ਪਾ ਸਕਦਾ, ਲੇਜ਼ੀ ਹਾਂ। ਮਤਲਬ ਦੇਖਣ 'ਚ ਵਰਡ ਬੜਾ ਛੋਟਾ ਲੱਗਦਾ ਕਿ ਆਲਸ ਕਿੱਡੀ ਕੁ, ਲੇਜ਼ੀ ਕਿੰਨਾ ਕੁ ਹੋਣਾ, ਕਿੱਡੀ ਕੁ ਵੱਡੀ ਚੀਜ਼ ਹੈ। ਜੇ ਆਪਾਂ ਬਹੁਤ ਸਿਆਣੇ ਲੋਕਾਂ ਨੂੰ ਪੜ੍ਹਦੇ ਹਾਂ ਜਿਨ੍ਹਾਂ ਲੋਕਾਂ ਨੂੰ ਕੁਛ ਕੁਦਰਤ ਨੇ ਨਜ਼ਰਿਆਬ ਕੀਤਾ ਸੀਗਾ, ਤੋਫੀਕੀਅਤ ਦਿੱਤੀ ਸੀਗੀ, ਕੋਈ ਜਿਹੜੇ ਲੋਕ ਲਤਾਫਤ ਰੱਖਦੇ ਸੀ, ਲਤੀਫ ਸੀ, ਸਿਆਣੇ ਸੀ, ਅਤੇ ਉਹਨਾਂ ਦੇ ਵਿੱਚ ਜਿਵੇਂ ਖਲੀਲ ਜ਼ਿਬਰਾਨ ਹੈ, ਉਹਨੂੰ ਕਿਸੇ ਨੇ ਪੁੱਛਿਆ ਸੀਗਾ ਖਲੀਲ ਦੁਨੀਆ ਦਾ ਸਭ ਤੋਂ ਵੱਡਾ ਸਰਾਪ ਕੀ ਹੈ? ਸਭ ਤੋਂ ਵੱਡਾ ਸਰਾਪ ਬੰਦਾ ਕਹਿੰਦਾ ਵੀ ਯੂ ਨੋ ਵਟ ਐਵਰ ਆਈ ਕੈਨ ਐਕਚੁਲੀ ਹੈਂਡਲ, ਆਈ ਕੈਨ ਗੈਟ ਇਨ ਦਿਸ ਵਰਲਡ, ਬਟ ਆਈ ਡੋਂਟ ਵਾਂਟ ਟੂ ਗੈਟ ਵਨ ਥਿੰਗ, ਕਰਸ। ਇਸ ਤੋਂ ਵੱਡੀ ਅਲਾਮਤ ਕੋਈ ਨਹੀਂ ਗਾ। ਮਤਲਬ ਅਤੇ ਬੰਦੇ ਨੂੰ ਜੇ ਪਤਾ ਹੋਏ ਵੀ ਆਹ ਇਸ ਤੋਂ ਵੱਡਾ ਕਰਸ ਕੋਈ, ਇਸ ਤੋਂ ਵੱਡਾ ਸਰਾਪ ਕੋਈ ਨਹੀਂ, ਬੰਦਾ ਬਚਾ ਕੇ ਰੱਖੇਗਾ ਆਪਣੇ ਆਪ ਨੂੰ। ਕਹਿੰਦਾ ਦੁਨੀਆ ਦਾ ਸਭ ਤੋਂ ਵੱਡਾ ਸੰਤਾਪ, ਬਦ ਅਸੀਸ, ਦੁਰ ਅਸੀਸ ਕੀ ਹੋ ਸਕਦੀ ਹੈ? ਕਹਿੰਦਾ ਲੰਬਾ ਸਮਾਂ ਸੋਚ ਕੇ ਕਹਿੰਦਾ ਕਿਸੇ ਨੂੰ ਇਹ ਬਦਦੁਆ ਮਿਲ ਜਾਏ, ਜਾ ਤੈਨੂੰ ਦਲਿੱਦਰ ਪੈ ਜਾਏ, ਬਸ। ਕਹਿੰਦਾ ਇਸ ਤੋਂ ਵੱਡਾ ਸਰਾਪ ਹੀ ਕੋਈ ਧਰਤੀ 'ਤੇ? ਦਲਿੱਦਰੀ ਬੰਦੇ ਦਾ ਸਭ ਕੁਝ ਖਤਮ ਹੋ ਜਾਂਦਾ। ਕੀ ਉਹਦੀ ਸਿਹਤ, ਕੀ ਉਹਦੀ ਫੈਮਿਲੀ, ਕੀ ਉਹਦਾ ਫਾਈਨੈਂਸ, ਸਭ ਕੁਛ। ਕਿਉਂਕਿ ਦਲਿੱਦਰ ਇੱਕ ਐਸੀ ਅਲਾਮਤ ਆ, ਇੱਕ ਐਸਾ ਘੁਣ ਆ ਜਿਹੜਾ ਇਸ ਤਰ੍ਹਾਂ ਲੱਗਦਾ ਕਿ ਬੰਦੇ ਨੂੰ ਖੁਦ ਨੂੰ ਨਹੀਂ ਪਤਾ ਕਿ ਮੈਨੂੰ ਲੱਗਾ ਕੀ ਹੈ। ਸੋ ਇਹ ਇੱਕ ਐਗਜ਼ਾਮਪਲ ਕੀਤੀ ਦੁਰਤ ਦੀ। ਇਹ ਦੁਰਤ ਹੈ ਜਿਹੜਾ ਬਾਹਰੋਂ ਨੇ ਕਿਤੋਂ ਆਉਣਾ। ਬੰਦਾ ਕਹਿੰਦਾ ਦੁਰਤ ਦੇ ਆਪੋਜ਼ਿਟ ਅਸੀਂ ਕਈ ਵਾਰ ਦੁਸ਼ਮਣ, ਦੁਸ਼ਮਣ ਦਾ ਤਾਂ ਪਤਾ ਦੁਸ਼ਮਣ ਹੈ ਮੇਰਾ, ਇਹ ਅਟੈਕ ਕਰੇਗਾ ਮੇਰੇ 'ਤੇ, ਆਈ ਕੈਨ ਸੇਵ ਮਾਈਸੈਲਫ, ਆਈ ਕੈਨ ਬੀ ਅਵੇਅਰ ਅਬਾਊਟ ਇਟ, ਬਟ ਹਾਊ ਅਬਾਊਟ ਦੁਰਤ, ਦੇ ਆਰ ਕਮਿੰਗ ਫਰੋਮ ਇਨ ਮਾਈ ਓਨ ਇਨ ਸਾਈਡ ਐਂਡ ਦੇ ਆਰ ਪਾਰਟ ਆਫ ਮਾਈ ਓਨ ਸੈਲਫ, ਦੈਨ ਹਾਊ ਕੈਨ ਆਈ ਹੈਂਡਲ ਇਟ। ਆਪ ਇਸ ਤਰ੍ਹਾਂ ਅਹਿਸਾਸ ਕਰੋ ਗੁਰੂ ਬਾਬਾ ਜੀ ਦੀ ਬਾਣੀ ਹੈ, ਇਹ ਵਾਕਿਆ 'ਚ ਤੁਰਕੀ ਬਾਣੀ ਹੈ, ਬਾਬਾ ਜੀ ਨੇ ਕਿਹਾ, ਇਹਦੀ ਕੋਈ ਮਿਸਾਲ ਨਹੀਂ। ਮਹਾਰਾਜ ਬਿਆਨ ਕਰਦੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਕਿਸੇ ਚੀਜ਼ ਨੂੰ ਖਾਣ ਵਾਸਤੇ ਦੰਦ ਚਾਹੀਦੇ ਨੇ, ਦੰਦ ਹੋਣਗੇ ਤਾਂ ਕਿਸੇ ਚੀਜ਼ ਨੂੰ ਚਬਾਇਆ ਜਾਏਗਾ, ਅਤੇ ਜਿੱਥੇ ਦੰਦ ਹੋਣਗੇ ਆ ਸਾਡਾ ਸਰੀਰ ਹੈ, ਮਤਲਬ ਇੱਕੋ ਮਿੱਟੀ ਦਾ ਬਣਿਆ ਉਹਨਾਂ ਪੰਜਾਂ ਤੱਤਾਂ ਦਾ, ਹੱਥ ਦੇਖ ਲਵੋ ਤੁਸੀਂ, ਪੈਰ ਦੇਖ ਲਵੋ, ਸਾਰਾ ਮੋਸਟਲੀ ਸਾਡੀ ਜਿਹੜੀ ਸਾਰੇ ਸਰੀਰ ਦੀ ਜੇ ਆਪਾਂ ਇਹਦੀ ਫਿਜ਼ੀਕਲ ਅਪੀਅਰੈਂਸ ਦੇਖਦੇ ਹਾਂ ਬੜੀ ਸੌਫਟ ਹੈ, ਹੱਥ ਪੈਰਾਂ ਨੂੰ ਛੂਹ ਕੇ ਦੇਖੋ ਐਵੇਂ ਬਿਲਕੁਲ ਪੋਲੇ ਲੱਗਦੇ ਸਾਰੇ। ਹਾਂ ਕੁਝ ਪਾਰਟ ਐਸੇ ਜਿਹੜੇ ਬਿਲਕੁਲ ਡਾਢੇ ਪੱਥਰ ਵਰਗੇ ਜਿਨ੍ਹਾਂ 'ਚ ਦੰਦ ਨੇ, ਹਾਂ ਸੋਲਿਡ, ਮਤਲਬ ਪੱਥਰ ਦੇ ਨਮਿੰਦ, ਅਤੇ ਇਹਨਾਂ ਦਾ ਕੰਮ ਵੀ ਉਹੋ ਜਿਹਾ ਕੰਮ ਹੈ ਚੀਜ਼ਾਂ ਨੂੰ ਕੱਟਣਾ। ਇਸ ਤਰੀਕੇ ਦੇ ਨਾਲ ਆਪਾਂ ਕੋਈ ਭੋਜਨ ਵਗੈਰਾ ਛੱਕਦੇ ਹਾਂ, ਤੁਸੀਂ ਫਰੂਟ ਕੱਟਦੇ ਹੋ ਅਤੇ ਫਰੂਟ ਦਾ ਉਨਾ ਕੁ ਪੀਸ ਬਣਾ ਲੈਂਦੇ ਹੋ ਜਿੰਨਾ ਕੁ ਮੂੰਹ 'ਚ ਪੈ ਜਾਏ, ਹੈ ਨਾ, ਕੱਟ ਕੇ ਤੁਹਾਡਾ ਕੁ ਪੀਸ ਬਣਾ ਲਿਆ, ਪਰ ਏਡਾ ਪੀਸ ਗਲੇ ਤੋਂ ਥੱਲੇ ਥੋੜ੍ਹਾ ਉਤਰੇਗਾ, ਹਲਕ ਤੋਂ ਥੱਲੇ ਤਾਂ ਉਹੀ ਚੀਜ਼ ਉਤਰੇਗੀ ਜਿਹੜੀ ਗਰਾਸ ਜਿਹੜਾ ਸਾਡਾ ਸਲਾਈਵਾ ਦੇ ਬਿਲਕੁਲ ਬਰਾਬਰ ਹੋਏਗੀ, ਉਹ ਕੰਮ ਫਿਰ ਦੰਦ ਕਰਦਾ।
ਪਰ ਦੰਦਾਂ ਦੀ ਚੱਕੀ ਚੱਲਦੀ ਹੈ ਅਤੇ ਐਨ ਪੀ ਕੇ ਮੁਲਾਇਮ ਬਰੀਕ ਕਰ ਦਿੰਦੀ। ਸੋ ਜਿਹੜੀ ਚੀਜ਼ ਦੰਦਾਂ ਦੇ ਥੱਲੇ ਆਏਗੀ ਡੈਫੀਨੇਟਲੀ ਉਹਨੂੰ ਕਰਸ਼ ਕਰਕੇ ਰੱਖ ਦੇਗਾ ਉਸ ਰੂਪ ਦੇ ਵਿੱਚ, ਉਸ ਤਰੀਕੇ ਦੇ ਨਾਲ। ਅਤੇ ਸਪੋਜ਼ ਕੋਈ ਚੀਜ਼ ਦੰਦਾਂ ਦੀ ਤਾਬ ਹੇਠ ਆਏ ਅਤੇ ਉਹ 'ਤੇ ਬੜੀ ਮਤਲਬ ਉਹਨੂੰ ਦਰਦ ਹੋਏਗੀ, ਪੀੜਾ ਹੋਏਗੀ, ਕਰਸ਼ ਹੋਏਗਾ ਜਦੋਂ ਉਸ ਰੂਪ ਦੇ ਵਿੱਚ। ਬਾਬਾ ਜੀ ਨੇ ਬਿਆਨ ਕੀਤੀ ਬਾਤ ਵੀ ਇੱਕ ਐਸੀ ਚੀਜ਼ ਜਿਹੜੀ ਸਾਰਾ ਸੰਸਾਰ ਖਾਈ ਜਾਂਦੀ ਅਤੇ ਕਮਾਲ ਇਹ ਦੰਦ ਵੀ ਕੋਈ ਨਹੀਂ, ਉਹਨੂੰ ਚੱਬਣ ਦੀ ਵੀ ਲੋੜ ਨਹੀਂ ਗਈ, ਆਪਣੇ ਆਪ ਹੀ ਸੰਸਾਰ ਨਿਕਲਿਆ ਜਾ ਰਿਹਾ। ਉਹ ਕੀ ਹੈ? ਮਾਇਆ ਮਮਤਾ ਮੋਹਣੀ, ਮਮਤਾ ਇਹ ਲਫ਼ਜ਼ ਬੜਾ ਪਿਆਰਾ ਹੈ। ਆਪਾਂ ਨਾ ਭਾਂਡਾ ਧੋਣਾ ਜਾਂ ਕੱਪੜਾ ਧੋਣਾ, ਕੱਪੜਾ ਸਾਫ਼ ਕਰਨਾ ਜਾਂ ਫਲੋਰ ਕਲੀਨ ਕਰਨਾ ਹੈਗਾ, ਸਾਨੂੰ ਫਲੋਰ 'ਤੇ ਤਾਂ ਮਮਤਾ ਹੋਣੀ ਚਾਹੀਦੀ ਹੈ, ਉਹ ਫਲੋਰ ਸਾਨੂੰ ਬਚਾ ਕੇ ਰੱਖਣਾ। ਕੱਪੜੇ 'ਤੇ ਤਾਂ ਮਮਤਾ ਹੋਣੀ ਚਾਹੀਦੀ ਕਿ ਉਹ ਕੱਪੜਾ ਬਚਾਉਣਾ ਆ, ਭਾਂਡੇ 'ਤੇ ਤਾਂ ਮਮਤਾ ਹੋਣੀ ਚਾਹੀਦੀ ਉਹ ਭਾਂਡੇ ਨੂੰ ਕਲੀਨ ਕਰਨਾ ਹੈ। ਪਰ ਅਨਫੋਰਚੁਨੇਟਲੀ ਜਿਹੜੀ ਭਾਂਡੇ ਨੂੰ ਮੈਲ ਲੱਗੀ ਹੈ, ਜੇ ਉਹਦੇ 'ਤੇ ਮਮਤਾ ਆ ਗਈ ਤਾਂ ਦੈਨ ਇਟਸ ਗੋਨਾ ਬੀ ਟ੍ਰਬਲ। ਜਦੋਂ ਮੈਲ ਨੂੰ ਭਾਂਡੇ ਦਾ ਪਾਰਟ ਸਮਝ ਲਿਆ, ਜਦੋਂ ਮੈਲ ਨੂੰ ਜਿਹੜੀ ਪਲੀਤਤਾ ਆ ਉਹਨੂੰ ਕੱਪੜੇ ਦਾ ਪਾਰਟ ਸਮਝ ਲਿਆ, ਕਿਆ ਮੈਂ ਨਾ ਜਿਵੇਂ ਹੀ ਕੱਪੜੇ ਨੂੰ ਪਿਆਰ ਕਰਦਾ ਐਵੇਂ ਇਹਦੀ ਮੈਲ ਨੂੰ ਪਿਆਰ ਕਰਦਾ, ਇਹਦੀ ਵੀ ਮਮਤਾ ਉਨੀ ਹੈ, ਬਸ ਉਹ ਕੱਪੜਾ ਨਹੀਂ ਸਾਫ਼ ਹੋ ਸਕਦਾ, ਉਹ ਭਾਂਡਾ ਵੀ ਨਹੀਂ ਸਾਫ਼ ਹੋ ਸਕਦਾ, ਉਹ ਫਲੋਰ ਵੀ ਨਹੀਂ ਸਾਫ਼ ਹੋ ਸਕਦਾ, ਅਤੇ ਉਹ ਜੀਵਨ ਵੀ ਨਹੀਂ ਸਾਫ਼ ਹੋ ਸਕਦਾ ਜਿਸ ਜੀਵਨ ਨੂੰ ਇਹ ਹੋ ਜਾਏ ਕਿ ਮੇਰਾ ਦੁਰਤ ਇਹ ਮੇਰਾ ਆਪਣਾ ਆਪਾ ਆ। ਦੁਰਤ ਤੇਰਾ ਆਪਣਾ ਆਪਾ ਨਹੀਂ ਗਾ, ਦੁਰਤ ਵਕਾਰ ਹੈ, ਦੁਰਤ ਤੇਰੀ ਕਮਜ਼ੋਰੀ ਹੈ, ਦੁਰਤ ਉਹ ਸਾਰੇ ਬੈਡ ਡੀਡਸ ਨੇ ਜਿਨ੍ਹਾਂ ਤੋਂ ਤੂੰ ਐਲੀਮੀਨੇਟ ਕਰ। ਪਰ ਮੈਂ ਕੀ ਕਰਾਂ, ਮੇਰੀ ਸੋਚ ਹੀ ਇੰਨੀ ਕੀ ਹੈ, ਮੈਨੂੰ ਦੁਰਤ ਹੀ ਚੰਗੇ ਲੱਗਦੇ ਨੇ, ਮੈਂ ਦੁਰਤਾਂ ਵਿੱਚ ਹੀ ਰਹਿੰਦਾ ਹਾਂ, ਮੈਂ ਦੁਰਤ ਨੂੰ ਹੀ ਆਪਣੀ ਪਰਸਨੈਲਿਟੀ ਸਮਝ ਕੇ ਬੈਠਾ ਹਾਂ। ਇੱਕ ਮਿਸਾਲ ਦੇ ਦਿੰਦਾ, ਕਿਉਂਕਿ ਮੈਨੂੰ ਪਤਾ ਦਾਰਸ਼ਨਿਕ ਤਰੀਕੇ ਨਾਲ ਗੱਲਾਂ ਕਈ ਵਾਰ ਭਾਰੀਆਂ ਹੋ ਜਾਂਦੀਆਂ ਨੇ। ਬਹੁਤ ਸਾਲਾਂ ਦੀ ਗੱਲ ਹੋ ਗਈ, ਆਈ ਵਾਜ਼ ਇਨ ਵੈਨਕੂਵਰ, ਇਨ ਵੈਰੀ ਯੂ ਕੈਨ ਸੇ ਬੜੀ ਵੱਡੀ ਸਿੱਖ ਸੰਸਥਾ ਦੇ ਵਿੱਚ ਕਥਾ ਦੀ ਡਿਊਟੀ ਸੀ ਮੇਰੀ, ਅਤੇ ਮੈਂ ਗਿਆ ਸੀਗਾ, ਕਿਸੇ ਨੂੰ ਰਿਪਲੇਸ ਕਰਨਾ ਸੀ, ਕਿਸੇ ਨੇ ਜਾਣਾ ਸੀਗਾ, ਅਤੇ ਮੈਂ ਉੱਥੇ ਕਥਾ ਸ਼ੁਰੂਆਤ ਕਰਨੀ ਸੀਗੀ। ਅਜੇ ਉਹ ਸੱਜਣ ਉੱਥੇ ਮੌਜੂਦ ਸੀਗੇ, ਸਮਹਾਓ ਵੱਡੇ ਸਮਾਗਮ ਚੱਲ ਰਹੇ ਸੀਗੇ ਅਤੇ ਬਹੁਤ ਸਾਰੇ ਅਖੰਡ ਪਾਠ ਸਾਹਿਬ ਵਗੈਰਾ ਖੋਲ੍ਹੇ ਸੀ ਅਤੇ ਉਹਦੇ ਵਿੱਚ ਵੱਖਰੇ ਵੱਖਰੇ ਤਰੀਕੇ ਨਾਲ ਪਾਠਾਂ ਦੀਆਂ ਡਿਊਟੀਆਂ ਚੱਲ ਰਹੀਆਂ ਸੀ। ਖੈਰ ਉੱਥੇ ਸਮਹਾਓ ਜਦੋਂ ਮੈਂ ਗਿਆ ਤਾਂ ਦਫ਼ਤਰ 'ਚ ਬੈਠੇ ਹਾਂ, ਦਫ਼ਤਰ ਦੇ ਵਿੱਚ ਇੱਕ ਬੀਬੀ ਜੀ ਆਏ ਅਤੇ ਉਹ ਆ ਕੇ ਫਤਿਹ ਬੁਲਾਈ, ਉਹਨਾਂ ਨੇ ਉੱਥੇ ਸੰਸਥਾ ਦੇ ਪ੍ਰੈਜ਼ੀਡੈਂਟ ਬੈਠੇ ਸੀਗੇ, ਸੈਕਟਰੀ ਬੈਠੇ ਸੀਗੇ, ਬੜਾ ਸਨੇਹ ਕਰਦੇ ਸੀਗੇ, ਗੱਲਾਂ ਬਾਤਾਂ ਕਰ ਰਹੇ ਸੀ ਆਪਸ ਦੇ ਵਿੱਚ। ਤਾਂ ਬੀਬੀ ਜੀ ਆਇਆ ਤਾਂ ਉਹਨਾਂ ਆ ਕੇ ਫਤਿਹ ਬੁਲਾਈ ਅਤੇ ਕਹਿਣ ਲੱਗੀ ਜੀ ਗੱਲ ਇਹ ਹੈ ਕਿ ਮੈਂ ਇਸ ਤੋਂ ਬਾਅਦ ਅਗਲੀ ਡਿਊਟੀ 'ਤੇ ਨਹੀਂ ਆਉਣਾ। ਉਹ ਕਹਿੰਦੇ ਵੀ ਹੋਇਆ ਕੀ ਹੈ? ਫਿਰ ਮੈਂ ਜਦੋਂ ਬਾਅਦ 'ਚ ਪਤਾ ਲੱਗਾ ਵੀ ਮਾਜਰਾ ਕੀ, ਕਹਿੰਦੇ ਜੀ ਇਹ ਸਾਡੇ ਵਲੰਟੀਅਰ ਨੇ ਪਾਠ ਕਰਦੇ ਨੇ, ਬੜਾ ਸੋਹਣਾ ਇੱਥੇ, ਅਤੇ ਇਹੋ ਜਿਹੇ ਬਹੁਤ ਸਾਰੇ ਵਲੰਟੀਅਰ ਡਿਊਟੀ ਕਰ ਰਹੇ ਨੇ ਸਾਡੇ ਨਾਲ ਅਤੇ ਪਾਠਾਂ ਦੀ ਸੇਵਾ ਨਿਭਾ ਰਹੇ ਨੇ। ਠੀਕ ਹੈ ਜੀ, ਬੀਬੀ ਜੀ ਠੀਕ ਹੈ, ਤੁਸੀਂ ਨਹੀਂ ਆਉਣਾ, ਤੁਹਾਡੀ ਉਹ ਤਾਂ ਆਪਣੀ ਹੈ ਮਰਜ਼ੀ, ਪਰ ਦੱਸੋਗੇ ਤਾਂ ਸਹੀ ਕਾਰਨ ਕੀ? ਕਹਿੰਦੇ ਕਾਰਨ ਕੀ ਹੈ? ਗੁਰਦੁਆਰਾ ਸਾਹਿਬ ਅਸੀਂ ਕੁਝ ਅਸੀਸ ਬਖਸ਼ੀਸ਼ ਪ੍ਰਾਪਤ ਕਰਨ ਆਉਂਦੇ ਹਾਂ, ਅਸੀਂ ਤਾਂ ਕਰਦੇ ਸੇਵਾ ਆ ਪਾਠ ਦੀ,
ਅਤੇ ਉਹ ਪਾਠ ਦੀ ਸੇਵਾ ਕਰਨ ਵਾਸਤੇ ਆਈ ਤਾਂ ਮੈਂ ਪਾਠ ਦੀ ਡਿਊਟੀ 'ਤੇ ਜਦੋਂ ਬੈਠੀ ਹਾਂ ਤਾਂ ਇੱਕ ਸ਼ਖਸ ਥੱਲੇ ਮਹਾਰਾਜ ਦੀ ਹਜ਼ੂਰੀ ਦੇ ਬਿਲਕੁਲ ਬਾਹਰ ਕਿਸੇ ਦੇ ਨਾਲ ਗੱਲਾਂ ਕਰ ਰਿਹਾ ਹੈ ਅਤੇ ਗਾਲਾਂ ਕੱਢ ਰਿਹਾ ਬੜੀ ਉੱਚੀ ਉੱਚੀ ਐਂਡ ਆਈ ਗੈਟ ਅਫੈਂਡਡ ਦੈਟ ਵਾਜ਼ਨਟ ਐਕਚੁਅਲੀ ਇਟ ਵਾਜ਼ ਇਨਐਪਰੋਪਰੀਏਟ ਆਈ ਡਿਡਨਟ ਲਾਈਕ ਇਟ ਸੋ ਇਫ ਯੂ ਗਾਇਜ਼ ਗੋਨਾ ਡੂ ਦਿਸ ਕਾਇੰਡ ਆਫ ਥਿੰਗਸ ਇਨ ਗੁਰਦੁਆਰਾ ਪ੍ਰੈਮਿਸਿਸ ਐਂਡ ਸਪੈਸੀਫਿਕਲੀ ਵੈਨ ਦਾ ਪਾਰਟ ਇਜ਼ ਹੈਪਨਿੰਗ ਆਈ ਡੋਂਟ ਵਾਂਟ ਟੂ ਬੀ ਪਾਰਟ ਆਫ ਦੀਸ ਕਾਇੰਡ ਆਫ ਐਕਟੀਵਿਟੀਜ਼ ਉਹਨਾਂ ਕਿਹਾ ਅੱਧ ਹੋ ਗਈ ਅੱਛਾ ਐਵੇਂ ਕਿਵੇਂ ਹੋ ਸਕਦਾ ਇਹ ਬੀਬੀ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ ਹੁਣੇ ਇਨਕੁਆਇਰ ਕਰਦੇ ਹਾਂ ਹੁਣੇ ਸਭ ਕੁਝ ਪਤਾ ਕਰਦੇ ਹਾਂ ਹਾਓ ਕਮ ਸਮਨ ਕੈਨ ਡੂ ਦੈਟ ਅਜੇ ਗੱਲਬਾਤ ਹੋ ਹੀ ਰਹੀ ਹੈ ਅਤੇ ਇੱਕ ਆਵਾਜ਼ ਆਈ ਸ਼ਖਸ ਦੀ ਕੋਈ ਨਾਲ ਦਾ ਜਿਹੜੀ ਹੈਗੀ ਹੈ ਐਲੀ ਉਹਦੇ 'ਚੋਂ ਲੰਘ ਰਿਹਾ ਆਵਾਜ਼ ਜਦੋਂ ਆਈ ਬੀਬੀ ਜੀ ਨੇ ਪਛਾਣ ਲਈ ਕਹਿੰਦੀ ਆਹੀ ਆਵਾਜ਼ ਹੈ ਆ ਸ਼ਖਸ ਸੀਗਾ ਆਹੀ ਇਹ ਤਾਂ ਬਿਲਕੁਲ ਆ ਮੈਂ ਹੁਣ ਦੱਸ ਦਿੰਦੀ ਕਿਉਂਕਿ ਮੈਂ ਤਾਂ ਖੁਦ ਪਾਠ ਕਰ ਰਹੀ ਮੈਂ ਸਾਰਾ ਕੁਝ ਕੰਨਾਂ ਨਾਲ ਹੀ ਸੁਣਿਆ ਆ ਬੰਦਾ ਉਹ ਜਦੋਂ ਆਵਾਜ਼ ਗਈ ਤੂੰ ਪ੍ਰਬੰਧਕ ਜਿਹਨਾਂ ਨੂੰ ਵੀ ਆਵਾਜ਼ ਪਤਾ ਲੱਗੀ ਵੀ ਆਵਾਜ਼ ਗਈ ਆਵਾਜ਼ ਗਾਓ ਕਿਸ ਸ਼ਖਸ ਦੀ ਹੈ ਉਹ ਕਹਿੰਦੇ ਠੀਕ ਹੈ ਬੀਬੀ ਜੀ ਕੋਈ ਨਾ ਤੁਸੀਂ ਹੁਣ ਜਾਓ ਅਸੀਂ ਕੋਈ ਨਾ ਬੁਲਾ ਕੇ ਗੱਲ ਕਰਦੇ ਹਾਂ ਅਤੇ ਉਹ ਕਹਿੰਦੀ ਬੁਲਾਓ ਤੁਸੀਂ ਕਹਿੰਦੇ ਨਹੀਂ ਕੋਈ ਗੱਲ ਤੁਸੀਂ ਕਹਿ ਤਾਂ ਅਸੀਂ ਮੰਨ ਲਈ ਗੱਲ ਤੁਸੀਂ ਜਾਓ ਉਹ ਬੀਬੀ ਜੀ ਚਲੇ ਗਏ ਸਮਹਾਓ ਜਿਹੜੀ ਆਵਾਜ਼ ਸੀ ਉਹ ਮੈਨੂੰ ਵੀ ਪਛਾਣ ਆ ਗਈ ਕਿਉਂਕਿ ਆਵਾਜ਼ ਕਿਸੇ ਹੋਰ ਦੀ ਨਹੀਂ ਉਸੇ ਸ਼ਖਸ ਦੀ ਜਿਹਨੂੰ ਮੈਂ ਰਿਪਲੇਸ ਕਰਨਾ ਜਾ ਕੇ ਇਸ ਸ਼ਖਸੀਅਤ ਆ ਬੜੇ ਮਤਲਬ ਉਸ ਤਰੀਕੇ ਦੇ ਨਾਲ ਅਤੇ ਉਹ ਜਦੋਂ ਉਹ ਬੀਬੀ ਜੀ ਗਏ ਅਤੇ ਉਹ ਮੇਰੇ ਵੱਲ ਦੇਖ ਰਹੇ ਨੇ ਮੈਂ ਉਹਨਾਂ ਵੱਲ ਦੇਖ ਰਿਹਾ ਅਤੇ ਉਹ ਮੈਨੂੰ ਯਾਦ ਆ ਸੈਕਟਰੀ ਵੀਰ ਜੀ ਉਹ ਮੁਸਕਰਾ ਕੇ ਮੈਨੂੰ ਕਹਿੰਦੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਕਿਹਾ ਜੀ ਬਿਲਕੁਲ ਪਤਾ ਲੱਗ ਗਿਆ ਉਹ ਆਵਾਜ਼ ਉਹਦੀ ਹੈ ਕਹਿੰਦੇ ਵੀ ਅਸੀਂ ਤੁਹਾਨੂੰ ਕਹਿ ਨਹੀਂ ਸਕਦੇ ਤੁਸੀਂ ਸਾਡਾ ਇਹ ਕੰਮ ਕਰਦੇ ਹੋ ਮੈਂ ਕਿਹਾ ਜੀ ਪ੍ਰਬੰਧਕ ਤੁਸੀਂ ਹੋ ਤੁਸੀਂ ਇਹ ਡਿਊਟੀ ਨਿਭਾ ਦਿਓ ਤਾਂ ਬੈਟਰ ਆ ਕਹਿੰਦੇ ਨਹੀਂ ਨਹੀਂ ਪਲੀਜ਼ ਅਸੀਂ ਤੈਨੂੰ ਬੁਲਾ ਕੇ ਕਹਾਂਗੇ ਅਤੇ ਤਿਰਸਕਾਰ ਹੋ ਜਾਏਗਾ ਜਾਂ ਕੁਛ ਹੈ ਲਾਸਟ ਡੇ ਉਹਨੇ ਚਲੇ ਜਾਣਾ ਤੁਸੀਂ ਕੁਛ ਪਲੀਜ਼ ਮਾੜੀ ਜੀ ਜ਼ਰੂਰ ਸਾਡੀ ਹੈਲਪ ਕਰਿਓ ਮੈਂ ਕਿਹਾ ਜੀ ਤੁਸੀਂ ਨਾ ਵੀ ਕਹਿੰਦੇ ਤਾਂ ਵੀ ਸ਼ਾਇਦ ਮੈਂ ਗੱਲ ਜ਼ਰੂਰ ਕਰਦਾ ਪਰ ਤੁਸੀਂ ਕਹਿ ਦਿੱਤਾ ਹੁਣ ਜ਼ਰੂਰ ਕਰਾਂਗਾ ਖੈਰ ਸ਼ਾਮ ਪਈ ਅਤੇ ਅਸੀਂ ਬਾਹਰ ਪਾਰਕਿੰਗ ਲਾਟ 'ਚ ਵਾਕ ਕਰ ਰਹੇ ਸੀ ਅਤੇ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਇਸ ਸਾਰੇ ਇੰਸੀਡੈਂਟ ਬਾਰੇ ਮਾੜੀ ਜੀ ਜਾਣਕਾਰੀ ਲਈ ਅਤੇ ਫਿਰ ਮੈਂ ਕਿਹਾ ਵੀ ਦਿਸ ਇਜ਼ ਇਨਐਪਰੋਪਰੀਏਟ ਦੇਖੋ ਨਾ ਤੁਸੀਂ ਉਮਰ ਦੇ ਕਿਸ ਪੜਾਅ 'ਤੇ ਹੋ ਅਤੇ ਤੁਹਾਡੀ ਪਹਿਚਾਣ ਤਾਂ ਅਦਬ ਸਤਿਕਾਰ ਨਾਲ ਹੋਣੀ ਚਾਹੀਦੀ ਹੈ ਅਤੇ ਉਹ ਅੱਗੋਂ ਮੈਨੂੰ ਹੀ ਪੈ ਗਏ ਅਤੇ ਮੈਨੂੰ ਕਹਿੰਦੇ ਤੂੰ ਤਾਂ ਕਮਲਾ ਆ ਤੈਨੂੰ ਪਤਾ ਹੀ ਕੁਛ ਨਹੀਂ ਕਹਿੰਦਾ ਇਹ ਤਾਂ ਗਲੋਰੀ ਆ ਮੇਰੇ ਕਰੈਕਟਰ ਦੀ ਪਤਾ ਲੋਕ ਡਰਦੇ ਮੇਰੇ ਤੋਂ ਦੇਖ ਲੈ ਹਿੰਮਤ ਨਹੀਂ ਬੇਪ੍ਰਬੰਧਕਾਂ ਦੀ ਮੇਰੇ ਨਾਲ ਗੱਲ ਕਰਨ ਦੀ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਮੈਂ ਐਵੇਂ ਬੋਲਦਾ ਆਈ ਹੈਵ ਨੋ ਆਈਡੀਆ ਦੁਰਤ ਮੈਨ ਜਿਹੜਾ ਐਕਚੁਅਲੀ ਬਿਹੇਵੀਅਰ ਦਾ ਫਲਾ ਆ ਬੰਦਾ ਉਹਨੂੰ ਗਲੋਰੀ ਸਮਝ ਰਿਹਾ ਹੁਣ ਕੀ ਕਰੋਗੇ ਇਹਨੂੰ ਕੌਣ ਸੁਧਾਰੇਗਾ ਇਹਨੂੰ ਕੋਈ ਨਹੀਂ ਸੁਧਾਰ ਸਕਦਾ ਇਸ ਨੂੰ ਨਹੀਂ ਬਚਾਇਆ ਜਾ ਸਕਦਾ ਇਸੇ ਕਰਕੇ ਬਾਬਾ ਫਰੀਦ ਜੀ ਨੇ ਬਚਨ ਕਹੇ ਸੀਗੇ ਉਹ ਕਹਿੰਦੇ ਫਰੀਦਾ ਕੂ ਕਹਿੰਦੇ ਆ ਚਾਂ ਗਿੰਦੇ ਆ ਮੱਤੀ ਦਿੰਦੇ ਆ ਨਿੱਤ ਮੱਤਾਂ ਦੇਣ ਵਾਸਤੇ ਕਿਸੇ ਨੂੰ ਅਕਲ ਦੇਣ ਵਾਸਤੇ ਅਕਲ ਦੇਣੀ ਲੈਣੀ ਔਖੀ ਆ ਦੇਣੀ ਉਸ ਤੋਂ ਵੀ ਕਿਤੇ ਔਖੀ ਆ ਘਰਾਂ ਥਾਵਾਂ 'ਚ ਮਾਪੇ ਬੱਚਿਆਂ ਨੂੰ ਅਕਲ ਸਿਖਾਉਣ ਵਾਸਤੇ ਕਿਹੜੇ ਕਿਹੜੇ ਪਾਪੜ ਨਹੀਂ ਵੇਲਦੇ ਕੀ ਕੁਛ ਨਹੀਂ ਕਰਦੇ
ਕੂਕੇਂਦੇ ਆ, ਘਰਾਂ ਦੇ ਦਰਵਾਜ਼ੇ ਖੋਲਦੇ, ਅੰਦਰ ਕੂਕਾਂ ਪੈ ਰਹੀਆਂ, ਯੈਲਿੰਗ ਹੋ ਰਹੀ ਇੱਕ ਦੂਜੇ ਦੇ ਉੱਤੇ, ਬਾਹਰਲਾ ਬੰਦਾ ਕਹੇਗਾ ਬੜੇ ਅਨਸਿਵਿਲਾਈਜ਼ਡ ਲੋਕ ਨੇ, ਇੰਨੀ ਇੰਨਾ ਰੌਲਾ ਪਾਇਆ, ਇੰਨੀ ਯੈਲਿੰਗ ਕਰ ਰਹੇ ਇੱਕ ਦੂਜੇ ਦੇ ਉੱਤੇ। ਜੇ ਧਿਆਨ ਨਾਲ ਦੇਖੋਗੇ ਸਾਰਾ ਉਹਦਾ ਲੱਭੋ ਲਬਾਬ ਕੱਢੋਗੇ ਤਾਂ ਪਤਾ ਲੱਗੇਗਾ ਕੋਈ ਅਕਲ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ, ਕੁਛ ਸਮਝਣ ਸਮਝਾਉਣ ਦੀ ਕੋਸ਼ਿਸ਼ ਹੋ ਰਹੀ, ਕੁਛ ਦੱਸਣ ਦੀ ਕੋਸ਼ਿਸ਼ ਹੋ ਰਹੀ ਹੈ। ਕੂਕ ਕਹਿੰਦੇ ਹਾਂ, ਚਾਂ ਕਹਿੰਦੇ ਹਾਂ, ਇੱਕ ਲਿਮਿਟ ਆ ਆਵਾਜ਼ ਦੀ, ਆਵਾਜ਼ ਉੱਚੀ ਵੀ ਇੱਕ ਲਿਮਿਟ ਤੱਕ ਹੋ ਸਕਦੀ ਹੈ, ਉਸ ਤੋਂ ਬਾਅਦ ਜੇ ਹੋਰ ਜ਼ਿਆਦਾ ਐਫਰਟ ਪਾਓਗੇ ਤਾਂ ਚਾਂਗ ਬਣ ਜਾਏਗੀ, ਮਤਲਬ ਬਿਲਕੁਲ ਆਵਾਜ਼ ਫਟ ਜਾਏਗੀ। ਲੋਕ ਪਿੱਠ ਦੇ ਕੁਰਲਾਉਂਦੇ ਹੋਏ ਗਲੇ ਦੇ ਆ ਗਲਾ ਕਹਿੰਦੇ ਆਵਾਜ਼ਾਂ ਫਟ ਰਹੀਆਂ, ਮੇਰਾ ਸਿਰ ਦੁਖ ਰਿਹਾ, ਮੈਂ ਆਮ ਨੋਟ ਕੈਪੇਬਲ ਟੂ ਸੇ ਐਨੀ ਮੋਰ ਐਨੀਥਿੰਗ। ਕੂਕ ਕਹਿੰਦੇ ਹਾਂ, ਚਾਂਗ ਕਹਿੰਦੇ ਹਾਂ, ਮੱਤੀ ਦਿੰਦੇ ਹਾਂ ਨਿੱਤ, ਜੋ ਸ਼ੈਤਾਨ ਵਜਾਇਆ ਸੇ ਕਿਤ ਫਿਰ ਹੈ ਜਿੱਤ। ਜਿਹਨੂੰ ਸ਼ੈਤਾਨ ਨੇ ਆਪਣੀ ਉਂਗਲੀ ਫੜਾ ਲਈ ਵੀ ਚੱਲ ਮੇਰੇ ਨਾਲ, ਉਹਨਾਂ ਦਾ ਚਿੱਤ ਨਾ ਫਿਰੇਗਾ। ਪਰ ਇੱਥੇ ਖਾਸੀਅਤ ਸੀ ਜੋ ਹੈ ਪੱਟ ਸਾਹਿਬਾਨ ਨੇ, ਉਹ ਕਹਿੰਦੇ ਕਮਾਲ ਇਹ ਹੈ ਜੇ ਕਿਤੇ ਗੁਰੂ ਨਾਨਕ ਤਰੁੱਠ ਪਏ ਤਾਂ ਫਿਰ ਬਾਤ ਤਾਂ ਬਣ ਸਕਦੀ ਹੈ ਕਿ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ। ਉਹ ਦੁਰਤ ਨਿਰਵਿਰਤ ਕਰ ਦਿੰਦਾ ਸ਼ਬਦ ਸਰੇ, ਸ਼ਬਦ ਦੇ ਜ਼ਰੀਏ, ਸ਼ਬਦ ਹੀ ਅਸਲ 'ਚ ਸਿੱਖਿਆ ਆ। ਇਹ ਜਦੋਂ ਪ੍ਰਫੁੱਲਤ ਹੁੰਦਾ ਨਾ, ਜਦੋਂ ਮਤਲਬ ਆਪਣਾ ਕਮਾਲ ਕਰਦਾ ਆ, ਇਹਨੂੰ ਅਸੀਂ ਕਮਾਲੇ ਕਰਾਮਾਤ ਕਹਿੰਦੇ ਹਾਂ, ਪਾਰਸ ਕਲਾ। ਸਾਨੂੰ ਕੋਈ ਅਹਿਸਾਸ ਨਹੀਂ, ਬੰਦੇ ਨੂੰ ਬਿਲਕੁਲ ਕਿਸੇ ਹੋਰ ਲੈਵਲ 'ਤੇ ਲੈ ਜਾਂਦਾ। ਕਿਆ ਦੁਰਤ ਨਿਵਾਰਨ ਸ਼ਬਦ ਸਰੇ, ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ, ਗਾਵੈ ਇੰਦਰਾਦ ਭਗਤ ਪ੍ਰਹਿਲਾਦਤ ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਵਾਣਿਓ। ਗੁਰੂ ਨਾਨਕ ਰਾਜ ਜੋਗੀ ਹੈ, ਉਹ ਸਾਨੂੰ ਯੋਗ ਸਿਖਾਉਂਦਾ ਆ, ਸਾਨੂੰ ਅਧਿਆਤਮ ਦਿੰਦਾ ਆ, ਸਾਨੂੰ ਸਪਿਰਚੁਅਲੀ ਇਨਲਾਈਟਡ ਕਰਦਾ ਆ, ਸਾਨੂੰ ਉਸ ਰੱਬੀ ਪੌੜੀਆਂ ਚੜ੍ਹਨ ਵਾਸਤੇ ਸਾਡਾ ਰਾਹਗੀਰ ਬਣਦਾ ਆ, ਸਾਨੂੰ ਮਾਰਗਦਰਸ਼ਕ ਕਰਦਾ ਆ। ਪਰ ਕਮਾਲ ਇਹ ਹੈ, ਸਾਨੂੰ ਰਾਜ ਵੀ ਬਖਸ਼ਦਾ ਆ, ਸਾਨੂੰ ਸੰਸਾਰ ਵੀ ਬਖਸ਼ਦਾ ਆ, ਸਾਡਾ ਸੰਸਾਰ ਵੀ ਭਲਾ ਕਰਦਾ, ਸਾਡਾ ਆਲਾ ਦੁਆਲਾ ਵੀ ਨੁਸ਼ਿਆ ਦਿੰਦਾ ਹੈ। ਇਹੀ ਗੁਰੂ ਨਾਨਕ ਦੀ ਖਾਸੀਅਤ। ਇੱਥੇ ਦੀਨ ਕਾ ਤੋਸਾ ਦੁਨੀ ਨਾਲ ਭਰਿਆ ਹੋਇਆ। ਹੁਣ ਆ ਜਾਓ ਅੱਜ ਦੇ ਬਚਨ 'ਤੇ, ਜਿਹੜੀ ਮੈਂ ਬਾਤ ਕਰ ਰਹੀ ਸੀ, ਮਲਟੀ ਡਾਇਮੈਂਸ਼ਨਲ ਸਿੱਖਿਆ ਹੈ ਬਾਣੀ, ਇੱਕ ਐਸਾ ਮਤਲਬ ਕਮਾਲ ਦਾ ਮਹਾਰਾਜ ਨੇ ਸਾਡੇ ਲਈ ਮਤਲਬ ਗਿਆਨ ਬਖਸ਼ਿਆ। ਤੁਸੀਂ ਕਿਸੇ ਕੋਣ ਤੋਂ ਉਹਨੂੰ ਵੇਖੋਗੇ, ਹਰ ਕੋਣ ਦੇ ਵਿੱਚ ਉਹਦੇ 'ਚ ਵਡਿਆਈ ਹੈ, ਉਹ ਅਲਾਹੀ ਹੈ, ਉਹ ਲਾਮਿਸਾਲ ਹੈ, ਉਹਨੂੰ ਇਸ ਲੈਵਲ 'ਤੇ ਸਮਝਿਆ ਜਾਏ। ਹੁਣ ਬਚਨ ਹੋਇਆ ਸ਼ੁਰੂ, ਸੰਤ ਹੋ ਸੁਖ ਹੋਵਾ ਸਭ ਥਾਈਂ। ਮੈਨੂੰ ਤੁਹਾਨੂੰ ਸਭ ਨੂੰ ਐਡਰੈਸ ਕਰ ਰਿਹਾ ਸ਼ਬਦ ਹੈ ਸੰਤ ਹੋ। ਅੱਜ ਦੀ ਮਾਡਰਨ ਐਜੂਕੇਸ਼ਨ ਨੇ ਕਹਿੰਦੀ ਹੈ, ਖਾਸ ਕਰਕੇ ਸਾਈਕੋਲੋਜੀਕਲ ਸਾਈਡਸ ਤੋਂ ਸਮਝਣ ਵਾਲੇ ਲੋਕ, ਉਹ ਕਹਿੰਦੇ ਨੇ ਜਦੋਂ ਕਿਸੇ ਨੂੰ ਸੰਬੋਧਨ ਕਰਨਾ ਨਾ, ਐਡਰੈਸ ਕਰਨਾ, ਤੁਸੀਂ ਇਕੱਲਾ ਐਡਰੈਸ ਨਹੀਂ ਕਰ ਰਹੇ, ਤੁਸੀਂ ਸਾਹਮਣੇ ਵਾਲੇ ਨੂੰ ਉਹਨੂੰ ਇਹ ਜੋ ਤੁਸੀਂ ਉਹਦੇ ਕੋਲੋਂ ਚਾਹੁੰਦੇ ਹੋ ਤੁਸੀਂ ਆਪਣੀ ਆਵਾਜ਼ ਵਿੱਚ ਪਾ ਕੇ ਦੇਣਾ ਉਹਨੂੰ, ਉਹਨੇ ਫਿਰ ਖੂਹ ਦੀ ਆਵਾਜ਼ ਦੀ ਤਰ੍ਹਾਂ ਤੁਹਾਨੂੰ ਈਕੋ ਕਰਨੀ ਵਾਪਸ ਦੇਣਾ। ਮੈਂ ਚਾਹੁੰਦਾ ਕਿ ਮੈਨੂੰ ਅਗਲੇ ਕੋਲੋਂ ਪਿਆਰ ਮਿਲੇ ਅਤੇ ਮੈਂ ਆਪਣੇ ਵੱਲੋਂ ਵਲੇਟ ਕੇ ਖੂਬ ਸਾਰੀ ਨਫ਼ਰਤ, ਦਵੈਖ, ਈਰਖਾ, ਸਾੜਾ, ਕ੍ਰੋਧ, ਗੁੱਸਾ, ਗਿਲਾ ਇਹ ਚੱਕ ਕੇ ਵਲ ਕੇ ਉਹਦੇ ਵੱਲ ਮਾਰਦਾ, ਪਿੱਲਾ ਫੜ, ਆਹ ਫੜ, ਇਹਨੂੰ ਬਦਲ ਕੇ ਅਤੇ ਪਿਆਰ ਵਾਪਸ ਦੇ। ਉਹ ਕਹਿੰਦਾ, ਅੱਛਾ ਤੇਰੇ ਤੋਂ ਵਧੀਆ ਵਪਾਰੀ ਨਹੀਂ ਮਿਲਿਆ ਹੋਣਾ ਮੈਨੂੰ ਅੱਜ ਤੱਕ, ਤੂੰ ਮੈਨੂੰ 10% ਦੇ, ਮੈਂ ਇਹਦਾ 90% ਕੋਲੋਂ
ਦੋਨੋਂ ਰਲਾ ਕੇ ਨਾ ਪੂਰਾ, ਅਤੇ ਇਸ ਤੋਂ ਤੈਨੂੰ 100% ਕਰਕੇ ਨਫ਼ਰਤ, ਈਰਖਾ, ਦਵੈਕ, ਸਾੜਾ ਅਤੇ ਕੁੜੱਤਣ ਤੈਨੂੰ ਵਾਪਸ ਦੇਣਾ। ਆਹੀ ਹੋ ਰਿਹਾ ਗਿਵ ਐਂਡ ਟੇਕ ਸਾਰਾ। ਜੋ ਅਸੀਂ ਲੈਣਾ ਚਾਹੁੰਦੇ ਹਾਂ ਉਹ ਪਹਿਲਾਂ ਦੇਣਾ ਸਿੱਖੀਏ, ਅਤੇ ਦੇਣ ਵਾਸਤੇ ਕੁਛ ਹੋਰ ਨਹੀਂ, ਸਭ ਤੋਂ ਪਹਿਲੀ ਚੀਜ਼ ਆ ਤੁਹਾਡੇ ਮੂੰਹ ਦੀ ਆਵਾਜ਼ ਕੀ ਹੈ, ਤੁਸੀਂ ਕਿਸੇ ਨੂੰ ਬੁਲਾ ਕਿਵੇਂ ਰਹੇ, ਸੰਬੋਧਨ ਕਿਵੇਂ ਕਰਦੇ ਹੋ, ਐਡਰੈਸ ਕਿਵੇਂ ਕਰਦੇ ਹੋ। ਜਿਸ ਨੂੰ ਆਵਾਜ਼ ਦਿੱਤੀ, ਆਵਾਜ਼ 'ਚ ਹੀ ਕਹਿ ਦਿੱਤਾ, ਮਤਲਬ ਅਗਲੇ ਨੂੰ ਨਿਗੁਣਾ, ਅਗਲੇ ਨੂੰ ਕਿਹਾ ਉਹ ਕਮਲਿਆ, ਉਹ ਪਾਗਲ, ਉਹ ਮਹਾਮੂਰਖ, ਸੋਰੀ ਫਾਰ ਮਾਈ ਵਰਡਸ, ਉਹ ਬੇਵਕੂਫ ਹੋਏਗਾ ਕਿ। ਤੁਸੀਂ ਪਹਿਲੇ ਸਟੈਂਡਰਡ ਸੈੱਟ ਕਰਦਾ ਵੀ ਯੂਨੋ ਤੂੰ ਨਾ, ਮੈਂ ਤੈਨੂੰ ਆਹ ਕਹਿ ਰਿਹਾ, ਤੂੰ ਹੁਣ ਆਹ ਬਣ ਕੇ ਮੇਰੇ ਨਾਲ ਪੇਸ਼ ਆ। ਮੈਨੂੰ ਅਹਿਸਾਸ ਨਹੀਂ ਗਾ ਕਿ ਇਹ ਸ਼ੀਸ਼ੇ ਦੀ ਤਰ੍ਹਾਂ ਚੀਜ਼ ਆਉਣੀ ਹੈ, ਮੈਂ ਉਹਨੂੰ ਆਹ ਚੀਜ਼ ਦੇ ਦਿੱਤੀ ਹੈ, ਉਸਨੇ ਕਹਿਣਾ ਠੀਕ ਹੈ ਮੈਨੂੰ ਤੂੰ ਕਮਲਾ ਕਹਿਤਾ ਨਾ, ਲੈਟ ਮੀ ਬੀ ਨਾਓ ਮੈਡ ਪਰਸਨ, ਆਈ ਐਮ ਗੋਨਾ ਸ਼ੋ ਯੂ ਸਮ ਮੈਡਨੈਸ, ਯੂ ਆਰ ਜੱਜਿੰਗ ਮੀ ਲਾਈਕ ਏ ਫੂਲ, ਦੈਨ ਲੈਟ ਮੀ ਐਕਚੁਅਲੀ ਬੀ ਫੂਲ। ਇਸ ਰੂਪ ਵਿੱਚ ਬਾਤ ਸ਼ੁਰੂ ਹੁੰਦੀ ਹੈ। ਜੋ ਤੁਸੀਂ ਇਹ ਸਭ ਖਾਸ ਕਰਕੇ ਆਪਣੇ ਬਹੁਤ ਨੇੜਲੇ ਸਰਕਲ 'ਚ ਦੇਖੋ, ਤੁਸੀਂ ਲੋਕ ਆਵਾਜ਼ਾਂ ਦਿੰਦੇ ਇੱਕ ਦੂਜੇ ਨੂੰ, ਮਤਲਬ ਬੱਚਿਆਂ ਨੂੰ ਆਵਾਜ਼ਾਂ ਮਾਰਦੇ ਮਾਪੇ ਕਦੀ ਸੁਣੋ ਤੁਸੀਂ, ਸਿੱਧਾ ਨਾਂ ਹੀ ਨਹੀਂ ਬੁਲਾਉਣਾ, ਸਿੱਧੇ ਤਰੀਕੇ ਨਾਲ ਗੱਲ ਹੀ ਨਹੀਂ ਕਰਨੀ। ਅਤੇ ਇੱਥੇ ਹੋ ਕੀ ਰਿਹਾ, ਅਹਿਸਾਸ ਹੀ ਕੁਛ ਨਹੀਂ ਗਾ। ਮੈਂ ਬੀਤੇ ਕੱਲ ਹੀ ਸਾਡੇ ਬੱਚਿਆਂ ਦੇ ਕੈਂਪ 'ਚ ਗੱਲ ਕਰ ਰਿਹਾ ਸੀ ਮਾਪਿਆਂ ਦੇ ਨਾਲ, ਅਸੀਂ ਟਰੋਮਾ ਦੀ ਗੱਲ ਕਰਦੇ ਹਾਂ, ਟਰੋਮਾ, ਵੱਡਾ ਟਰੋਮਾ, ਕੋਈ ਵੱਡਾ, ਕੋਈ ਕਹਿ ਲਓ ਕਿ ਕੋਈ ਬੜੀ ਡਰੈਸਟਿਕ ਪਿਕਚਰ ਬਣ ਗਈ, ਕੋਈ ਡੈਥ ਹੋ ਗਈ, ਐਕਸੀਡੈਂਟ ਹੋ ਗਿਆ, ਕੋਈ ਬਹੁਤ ਵੱਡਾ ਬੁਲਿੰਗ ਦਾ ਇੰਸੀਡੈਂਟ ਹੋ ਗਿਆ ਬੱਚੇ ਦੀ ਜ਼ਿੰਦਗੀ 'ਚ, ਵੱਡਾ ਟਰਾਮਾ, ਬੱਚੇ ਨੂੰ ਹੀਲ ਹੋਣ ਲੱਗਿਆ ਟਾਈਮ ਲੱਗੇਗਾ। ਪਰ ਛੋਟੇ ਟਰਾਮੇ ਜਿਹਨੂੰ ਕਹਿੰਦੇ ਸਮਾਲ ਟੀਸ, ਉਹ ਤਾਂ ਪਤਾ ਨਹੀਂ ਹਰ ਪਲ ਹੀ ਹੋਈ ਜਾਂਦਾ, ਮਤਲਬ ਉਹਦੇ ਤੋਂ ਉਭਰਨ ਨਹੀਂ ਦਿੱਤਾ ਜਾਂਦਾ। ਸਪੋਜ਼ ਕਿਤੇ ਇੱਕ ਜ਼ਖਮ ਇਸ ਤਰੀਕੇ ਨਾਲ ਕੋਈ ਕੱਟ ਲੱਗਾ, ਅਜੇ ਉਹ ਹੀਲ ਹੁੰਦਾ, ਉਹਦੇ 'ਤੇ ਇੱਕ ਹੋਰ ਲੱਗ ਗਿਆ, ਇੱਕ ਹੋਰ ਲੱਗ ਗਿਆ, ਇੱਕ ਹੋਰ ਲੱਗ ਗਿਆ, ਇੱਕ ਕਰਦਿਆਂ ਕਰਦਿਆਂ ਅਲਟੀਮੇਟਲੀ ਉਹ ਛੋਟੇ ਛੋਟੇ ਕੱਟ ਲੱਗੇ, ਪਰ ਕਰਦਿਆਂ ਕਰਦਿਆਂ ਅਖੀਰ ਦੇ ਜਦੋਂ ਕੋਈ 100-200 ਕੱਟ ਇੱਕੋ ਥਾਂ 'ਤੇ ਲੱਗ ਗਿਆ, ਅਤੇ ਉਹ ਜਖਮ ਜਿਹੜੀ ਜਗ੍ਹਾ ਹੈ ਉਹ ਕੀ ਬਣ ਗਈ, ਨਾਸੂਰ। ਬੰਦਾ ਹੈ ਵੱਡਾ ਤਾਂ ਕੁਛ ਹੋਇਆ ਨਹੀਂ ਜ਼ਿੰਦਗੀ ਦੇ 'ਚ, ਲੋਕ ਮੋਸਟਲੀ ਇਹ ਕਹਿੰਦੇ, ਇਹ ਸਾਈਕੋਥੈਰੇਪਿਸਟ 'ਚ ਗੱਲ ਰਹੀ, ਉਹ ਕਹਿੰਦੇ ਅੱਛਾ ਐਕਚੁਲੀ ਐਨੀ ਸੋਰਟ ਆਫ ਟਰਾਮਾ ਯੂ ਹੈਵ ਗੋਇੰਗ ਥਰੂ ਵਿਦ ਦੈਟ, ਉਹ ਕਹਿੰਦੇ ਟਰਾਮਾ ਤਾਂ ਕੋਈ ਵੱਡਾ ਤਾਂ ਨਹੀਂ ਹੋਇਆ, ਪਰਿਵਾਰ ਤਾਂ ਸੇਮ ਹੀ ਹੈ, ਜ਼ਿੰਦਗੀ ਠੀਕ ਚੱਲੀ ਜਾਂਦੀ ਸਾਰੀ, ਪਰ ਫਿਰ ਵੀ ਕੁਝ ਹੈ ਜੋ ਅੰਦਰ ਗੁੱਸਾ ਭਰ ਰਿਹਾ ਹੈ, ਕੋਈ ਅੰਦਰ ਹੈ ਜਿਹਨੇ ਅਗਰੈਸ਼ਨ ਕ੍ਰੀਏਟ ਕੀਤਾ, ਕੁਝ ਹੈ ਇਹੋ ਜਿਹਾ ਜਿਹਨੇ ਅੰਦਰ ਲਗਾਤਾਰ ਕੁਝ ਇਹੋ ਜਿਹੀ ਚੀਜ਼ ਗਰਜ ਰਹੀ ਅੰਦਰ ਸਾਰੇ ਦੀ ਸਾਰੀ, ਇਹ ਕਿੱਥੋਂ ਆ ਰਹੀ ਹੈ। ਇਹ ਇਹੋ ਜਿਹੀਆਂ ਚੀਜ਼ਾਂ ਨੇ ਆਲੇ ਦੁਆਲੇ ਨੇ ਇਸ ਤਰੀਕੇ ਦੇ ਨਾਲ ਐਡਰੈਸ ਕੀਤਾ, ਸੰਬੋਧਨ ਕੀਤਾ, ਆਵਾਜ਼ ਦਿੱਤੀ, ਅੰਦਰ ਲੱਗਾ ਹੱਦ ਹੋ ਗਈ, ਮੈਨੂੰ ਜੱਜ ਕਰਕੇ ਮੈਨੂੰ ਇੰਨਾ ਛੋਟਾ ਕਹਿ ਦਿੱਤਾ, ਅੱਛਾ ਮੈਂ ਛੋਟਾ ਵਾਂ, ਮੈਂ ਫਿਰ ਇਸ ਤਰੀਕੇ ਨਾਲ ਪ੍ਰਜੈਂਟ ਕਰਾਂਗਾ ਆਪਣੇ ਆਪ ਨੂੰ। ਉਹ ਕਰਦਿਆਂ ਕਰਦਿਆਂ ਜਿਹੋ ਜਿਹੀ ਆਵਾਜ਼ ਦਿੱਤੀ ਕਿ ਬੰਦਾ ਉਸੇ ਲੋਅਰ ਲੈਵਲ 'ਤੇ ਆ ਗਿਆ। ਬਾਬਾ ਜੀ ਕਹਿੰਦੇ ਨਾ, ਇਸ ਨੂੰ ਅਸੀਂ ਇੱਕ ਵਰਡ 'ਚ ਇਸ ਜਿਹੜਾ ਹੈਗਾ ਇੰਟਰਪ੍ਰੀਟ ਕਰ ਦਿੰਦੇ ਹਾਂ, ਉਹ ਹੈਗਾ ਇੰਪਾਵਰਮੈਂਟ। ਜੋ ਤੁਸੀਂ ਚਾਹੁੰਦੇ ਹੋ ਅਗਲੇ ਨੂੰ ਬਣਾਉਣਾ, ਉਹਨੂੰ ਪਹਿਲਾਂ ਹੀ ਤਾਕਤ ਦੇ ਦਿਓ ਵੀ ਲੈ ਫੜ ਤੂੰ ਆ ਹੈ। ਬਾਬਾ ਜੀ ਕਹਿੰਦੇ ਮੇਰੀ ਜਾਚੇ ਤੁਸੀਂ ਸਭ ਲੋਕ ਕੁਛ ਹੋਰ ਨਹੀਂ ਗਏ, ਸੰਤ ਜੇ, ਸੰਤੋ, ਤੁਸੀਂ ਸਾਰੇ ਨੇ ਸੰਤ ਬਣਨਾ, ਸੰਤੋ, ਤੁਸੀਂ ਸੰਤ ਰੂਪ ਹੋ ਮੇਰੇ ਵਾਸਤੇ। ਸੋ ਜਦੋਂ ਗੁਰੂ ਅਰਜਨ ਸਾਹਿਬ ਕਹਿੰਦੇ ਤੁਸੀਂ ਸੰਤ ਹੋ, ਫਿਰ ਕੀ ਬਣਨਾ ਚਾਹੀਦਾ, ਸਾਨੂੰ ਕੀ ਹੋਣਾ ਚਾਹੀਦਾ।
ਆਹੀ ਖਾਸੀਅਤ ਹੈ। ਇਸ ਕਰਕੇ ਦੁਨੀਆ ਐਵੇਂ ਸਵਰਦੀ ਹੈ, ਇੱਕ ਦੂਸਰੇ ਨੂੰ ਸੰਬੋਧਨ, ਇੱਕ ਆਵਾਜ਼ ਹੀ ਆਵੇ ਸੰਤ ਹੋ। ਅਗਲਾ ਬਚਨ ਹੈ ਸੁੱਖ ਹੋਵਾ ਸਭ ਥਾਈ। ਸੁੱਖ ਦੋ ਚੀਜ਼ਾਂ 'ਚ ਅਸੀਂ ਬਹੁਤ ਕਨਫਿਊਜ਼ ਹੋ ਜਾਂਦੇ ਹਾਂ ਕਈ ਵਾਰੀ, ਉਹ ਹੈਗਾ ਇੱਕ ਕੰਫਰਟ ਐਂਡ ਸੈਕਿੰਡ ਹੈਪੀਨੈਸ। ਜਦੋਂ ਅਸੀਂ ਕੰਫਰਟ ਨੂੰ ਹੈਪੀਨੈਸ ਨਾਲ ਜੋੜ ਦਿੰਦੇ ਹਾਂ ਫਿਰ ਮੁਸ਼ਕਲ ਇਹ ਬਣ ਜਾਂਦੀ ਹੈ ਸਾਨੂੰ ਜਿਹੜੀ ਰੀਅਲ ਹੈਪੀਨੈਸ ਆ, ਜਿਹਨੂੰ ਅਸੀਂ ਰੀਅਲ ਪਲੈਜਰ ਕਹਿੰਦੇ ਹਾਂ, ਅਸੀਂ ਉਹਨੂੰ ਕਦੀ ਵੀ ਨਹੀਂ ਸਮਝ ਪਾਉਂਦੇ। ਇੱਕ ਅਜੀਬ ਤਰ੍ਹਾਂ ਦੀ ਗ੍ਰੈਟੀਫਿਕੇਸ਼ਨ ਦੇ ਪਿੱਛੇ ਬੰਦਾ ਭੱਜਦਾ ਹੈ ਜਿਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਹਾਂ, ਉਹ ਕਦੀ ਵੀ ਪ੍ਰਾਪਤ ਨਹੀਂ ਹੁੰਦੇ। ਕੰਫਰਟ, ਡੈਫੀਨੇਟਲੀ ਕੰਫਰਟ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਸੁੱਖ ਸੁਖਾਂਤ, ਸੁੱਖਾਂ ਦੇ ਸਾਧਨ ਕਿਉਂ ਨਾ ਹੋਣ, ਸਭ ਕੋਲ ਹੋਣ, ਪਰ ਇਹ ਜ਼ਰੂਰੀ ਨਹੀਂ ਕਿ ਹਰ ਵਕਤ ਸੁੱਖਾਂ ਦੇ ਸਾਧਨ ਮੁਯੱਸਰ ਹੋਣਗੇ, ਨਹੀਂ। ਅਸੀਂ ਅਜੇ ਹੁਣੇ ਸ਼ਹੀਦਾਂ ਦੇ ਦਿਹਾੜੇ ਮਨਾ ਕੇ ਹਟੇ ਹਾਂ ਪੂਰੀ ਤਰ੍ਹਾਂ। ਸੁੱਖਾਂ ਦੇ ਦਿਹਾੜੇ, ਸੁੱਖਾਂ ਦਾ ਜਿਹੜਾ ਸਾਧਨ ਨੇ ਹਰ ਵਕਤ ਥੋੜ੍ਹਾ ਮੌਜੂਦ ਰਹਿੰਦੇ ਨੇ, ਮੁਯੱਸਰ ਰਹਿੰਦੇ ਨੇ, ਪੋਸੀਬਿਲਿਟੀ ਹੈ। ਬਾਬਾ ਜੀ ਨੇ ਬਚਨ ਲਿਖਿਆ ਸੰਭਾਵਨਾ ਹੈ, ਕਬਹੂੰ ਖੀਰ ਖਾਂਡ ਘਿਓ ਨਾ ਭਾਵੈ। ਕਦੀ ਘਰ ਦੇ ਵਿੱਚ ਖੀਰਾਂ ਡੁੱਲਣਗੀਆਂ, ਖੰਡਾਂ ਡੁੱਲਣਗੀਆਂ, ਸਾਧਨ ਸੰਸਾਧਨਾਂ ਦੀ ਕਮੀ ਕੋਈ ਨਹੀਂ ਹੋਏ। ਚਾਰ ਛਪੇਰੇ ਹੋਣਗੇ ਛਕਣ ਛਕਾਉਣ ਵਾਸਤੇ ਬਹੁਤ ਕੁਛ, ਅਤੇ ਪੋਸੀਬਿਲਿਟੀ ਹੈ ਕਦੀ ਕੁਛ ਵੀ ਨਾ ਹੋਏ। ਇਹ ਹੁੰਦਾ ਸੰਸਾਰ ਆ। ਕਬਹੂੰ ਖੀਰ ਖਾਂਡ ਘਿਓ ਨਾ ਭਾਵੈ, ਕਬਹੂੰ ਘਰ ਘਰ ਟੂਕ ਮੰਗਾਵੈ। ਜਦੋਂ ਪਾਰਟੀਸ਼ਨ ਹੋਇਆ 47, ਤੁਸੀਂ ਇਹੋ ਜਿਹਾ ਬਹੁਤ ਕੁਝ ਪੜ੍ਹਿਆ ਸੁਣਿਆ ਹੋਣਾ, ਵੱਡੀਆਂ ਵੱਡੀਆਂ ਹਵੇਲੀਆਂ ਦੇ ਮਾਲਕ, ਘਰ ਮਕਾਨਾਂ ਦੇ ਮਾਲਕ, ਜਿਨ੍ਹਾਂ ਦੇ ਅੱਗੇ ਪਿੱਛੇ ਨੌਕਰ ਚਾਕਰ ਸੀਗੇ, ਅਲਟੀਮੇਟਲੀ ਰਾਤੋਂ ਰਾਤ ਚੀਜ਼ਾਂ ਬਦਲ ਗਈਆਂ ਅਤੇ ਉਹਨਾਂ ਨੂੰ ਰਿਫਿਊਜੀ ਕੈਂਪਸ ਦੇ ਵਿੱਚ ਆ ਕੇ ਬੈਠਣਾ ਪੈ ਗਿਆ। ਅਤੇ ਹੁਣ ਹੁਣ ਇਹ ਵੀ ਰਿਹਾ ਕਿ ਦੋ ਦੋ ਦਿਨ ਹੋ ਗਏ ਨੇ, ਰੋਟੀ ਦੇ ਦੂਰ ਦੀ ਗੱਲ ਰਹੀ, ਪਾਣੀ ਦਾ ਘੁੱਟ ਨਹੀਂ ਮਿਲਿਆ। ਤੜਪਦੇ ਹੋਏ ਪਾਣੀ ਤੋਂ ਬੱਚੇ ਮਰ ਰਹੇ ਨੇ, ਸਾਰੀ ਚੀਜ਼ ਇਹ ਪੋਸੀਬਿਲਿਟੀ ਹੈ। ਇਸ ਸਾਰੇ ਦੇ ਅੰਦਰ ਬੰਦਾ ਮਤਲਬ ਆਪਣੇ ਆਪ ਨੂੰ ਬੇ ਉਸ ਲੈਵਲ 'ਤੇ ਲੈ ਜਾਏ, ਤੁਹਾਨੂੰ ਉਹਨੂੰ ਲੱਗੇ ਵੀ ਬਸ। ਹਾਲਾਂਕਿ ਜਿਹੜੇ ਲੋਕ ਵਿਜ਼ਨਰੀ ਸੀਗੇ ਉਹਨਾਂ ਦੂਰ ਤੱਕ ਦੇਖਿਆ, ਉਹ ਕਹਿੰਦੇ ਕੋਈ ਗੱਲ ਨਹੀਂ, ਦੁੱਖ ਸੁੱਖ ਜੀਵਨ ਦੀ ਖੇਡ ਹੈ, ਨਾਲ ਚੱਲਦਾ, ਇਹਦੇ 'ਚ ਕਿਹੜੀ ਖੇਡ ਹੈ। ਇਹਦੇ ਨਾਲ ਜਿਹੜੀ ਸਟੇਟ ਆਫ ਮਾਇੰਡ ਆ ਸਾਡੀ, ਇਹਨੂੰ ਅਸੀਂ ਬਿਲਕੁਲ ਥੋੜ੍ਹਾ ਡੇਗ ਲਵਾਂਗੇ, ਤੋੜ ਦੇਵਾਂਗੇ, ਹੌਸਲਾ ਰੱਖਾਂਗੇ, ਜੇਤੂ ਹੋਵਾਂਗੇ, ਅਖੀਰ ਆਖਿਰਕਾਰ ਫਿਰ ਸੁੱਖ ਸੁਖਾਂਤ ਸਾਧਨ ਜਿਹੜੇ ਜੁਟਾ ਲਵਾਂਗੇ। ਅਤੇ ਬਾਤ ਹੋਈ ਵੀ ਇਸੇ ਢੰਗ ਦੇ ਨਾਲ। ਜਦੋਂ ਬਾਈ ਚਾਂਸ ਬਾਤ ਆਈ ਮੂੰਹ 'ਚ, ਮੈਂ ਬਾਤ ਕਰਦੇ ਹਾਂ, ਪਾਰਟੀਸ਼ਨ ਤੋਂ ਬਾਅਦ ਥੋੜ੍ਹਾ ਸਮਾਂ ਤਾਂ ਬੜਾ ਹਾਲਾਤ ਉਸ ਕਿਸਮ ਦੇ ਰਹੇ, ਫਿਰ ਆਖਿਰਕਾਰ ਸਾਡੇ ਕੁਝ ਸਿੱਖ ਜਿਹੜੇ ਆਗੂ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਅਹਿਸਾਸਿਆ। ਉਹਨਾਂ ਕਿਹਾ ਇਹ ਕੋਈ ਮਤਲਬ ਇਹ ਨਹੀਂ ਹੈ ਕਿ ਵਕਤੀ ਤੌਰ 'ਤੇ ਕੋਈ ਚੀਜ਼ ਹੋਈ, ਇੱਕ ਐਸੀ ਪਰਮਾਨੈਂਟ ਚੀਜ਼ ਬਣੀ ਹੈ ਜਿਹੜੀ ਲੰਬਾ ਸਮਾਂ ਹੁਣ ਸਮਾਜ ਦਾ ਹਿੱਸਾ ਰਹੇਗੀ। ਬਾਰਡਰ ਬਣ ਗਿਆ, ਦੋ ਨੇਸ਼ਨ ਦੀ ਥਿਉਰੀ ਪੱਕੀ ਹੋ ਚੁੱਕੀ ਹੈ। ਸੋ ਇਹ ਸਭ ਚੀਜ਼ਾਂ ਹੋ ਗਈਆਂ ਨੇ, ਹੁਣ ਕੀ ਕੀਤਾ ਜਾਏ? ਪਹਿਲਾਂ ਤਾਂ ਅਰਦਾਸ 'ਚ ਲਫਜ਼ ਪਾਏ ਵੀ ਹੇ ਅਕਾਲ ਪੁਰਖ ਵਾਹਿਗੁਰੂ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ, ਦੀਦਾਰ ਅਤੇ ਸੇਵਾ ਸੰਭਾਲ ਦਿਆ ਦਾਨ ਖਾਲਸਾ ਜੀ ਨੂੰ ਬਖਸ਼ੋ। ਇੱਥੋਂ ਅਹਿਸਾਸ ਰਹੇ ਵੀ ਅਸੀਂ ਫਿਜ਼ੀਕਲੀ ਤਾਂ ਜੁਦਾ ਹੋਏ ਹਾਂ ਜ਼ਰੂਰ, ਮੈਂਟਲੀ ਅਸੀਂ ਭੁਲਾਇਆ ਨਹੀਂਗਾ। ਕਿਸੇ ਚੀਜ਼ ਤੋਂ ਜੁਦਾਈ ਫਿਜ਼ੀਕਲੀ ਹੋ ਜਾਣੀ ਪੋਸੀਬਲ ਹੈ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਾਡੀ ਉਹਦਾ ਰਿਲੇਸ਼ਨਸ਼ਿਪ ਖਤਮ ਹੋ ਗਈ। ਨੋ ਨੋ ਨੋ,
ਅਸੀਂ ਅੱਜ ਵੀ ਕਲੇਮ ਕਰਦੇ ਹਾਂ ਸਾਡੇ ਸ਼ਰਾਈਨਸ ਨੇ, ਅਸੀਂ ਅੱਜ ਵੀ ਕਹਿੰਦੇ ਹਾਂ ਸਾਡੀਆਂ ਜਗ੍ਹਾ ਨੇ ਸਾਡੇ, ਅਸੀਂ ਤੇ ਅਸੀਂ ਉਹਨਾਂ ਦੀ ਮੰਗ ਮੰਗਦੇ ਹਾਂ। ਅਸੀਂ ਸਿਰਫ ਆਲੇ ਦੁਆਲੇ ਚਰਚਾ ਨਹੀਂ ਕਰਦੇ ਸੀ, ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਵੀ ਅਰਦਾਸ। ਦੇਖੋ ਕੈਸੇ ਸਿਆਣੇ ਪੁਰਖੇ ਨੇ ਤੁਹਾਡੇ, ਇਹ ਤਾਂ ਕੱਲ੍ਹ ਦੀਆਂ ਗੱਲਾਂ ਨੇ ਸਾਰੀਆਂ। ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਵੀ ਪ੍ਰਸੀਵ ਕੀਤਾ, ਪ੍ਰੋਸੈਸ ਕੀਤਾ, ਇਹੀ ਹੁੰਦੀ ਹੈ ਸਿਆਣਪ ਲੈਵਲ 'ਤੇ। ਉਸ ਤੋਂ ਬਾਅਦ ਫਿਰ ਕਿਹਾ ਵੀ ਹਾਂ ਹੁਣ ਸਾਨੂੰ ਉਹਨਾਂ ਸ਼ਰਾਈਨਸ ਨੂੰ ਵਿਜ਼ਿਟ ਕਰਨ ਵੀ ਜਾਣਾ ਚਾਹੀਦਾ। ਫਿਰ ਗਏ, ਜਦੋਂ ਪਹਿਲੇ ਜਥਾ ਗਿਆ ਤਾਂ ਮੇਰੇ ਸ਼ਹਿਰ ਤੋਂ ਸੱਜਣ ਸੀਗੇ, ਕਿਉਂਕਿ ਸਾਡੇ ਪੁਰਖੇ ਪਾਰਟੀਸ਼ਨ ਤੋਂ ਬਾਅਦ ਇੱਧਰ ਆਏ, ਅਤੇ ਉਹ ਲੰਬਾ ਸਮਾਂ ਗੁਰਬਾਣੀ ਦੇ ਉੱਥੇ ਸੰਥਿਆ ਵੀ ਕਰਾਉਂਦੇ ਰਹੇ, ਸਭ ਬੜੇ ਨਾਮਵਰ ਸ਼ਖਸੀਅਤ ਸੀਗੇ। ਅਤੇ ਉਹਨਾਂ ਨੇ ਬਖੋਦੇ ਬਾਤ ਦੱਸੀ, ਕਹਿਣ ਲੱਗੇ ਜਿਹੜਾ ਪਹਿਲਾ ਜਥਾ ਗਿਆ ਉਸ ਜਥੇ ਦੇ ਵਿੱਚ ਕਹਿੰਦੇ ਮੇਰੇ ਪਿਤਾ ਜੀ ਉਹ ਗਏ, ਮੈਂ ਛੋਟਾ ਜਿਹਾ ਸੀ, ਕਹਿੰਦਾ ਮੈਂ ਵੀ ਨਾਲ ਗਿਆ। ਅਤੇ ਕਹਿੰਦੇ ਜਦੋਂ ਉੱਥੇ ਗਏ ਅਤੇ ਜਿਹਨੂੰ ਗੁਰਦੁਆਰਾ ਖਰਾ ਸੌਦਾ ਕਹਿੰਦੇ, ਸੱਚਾ ਸੌਦਾ ਕਹਿੰਦੇ ਵੈਸੇ ਨਾਮ ਉਹਦਾ, ਖਰਾ ਸੌਦਾ ਉੱਥੇ ਇਲਾਕੇ 'ਚ ਮਕਬੂਲ ਇਸ ਤਰ੍ਹਾਂ। ਉੱਥੇ ਗਏ ਤਾਂ ਉਹਦੇ ਬਿਲਕੁਲ ਨੇੜੇ ਪਿੰਡਾਂ ਤੁਸੀਂ ਉੱਠ ਕੇ ਆਏ ਸੀਗੇ, ਤੂੰ ਕਹਿੰਦੇ ਉੱਥੇ ਇੱਕ ਮਾਤਾ ਆ ਗਈ, ਮਾਈ ਆ ਗਈ, ਅਤੇ ਉਹ ਬੜਾ ਰੋਏ, ਬੜਾ ਵਰਲਾਪ ਕਰੇ, ਪੁੱਛੇ ਵੀ ਫਲਾਂ ਪਿੰਡ ਦਾ ਵੀ ਕੋਈ ਆਇਆ ਜਿਹੜੇ ਇੱਥੋਂ ਗਏ ਸੀ, ਫਲਾਂ ਪਿੰਡ ਤੋਂ ਵੀ ਆਇਆ। ਕਰਦਿਆਂ ਕਰਾਉਂਦਿਆਂ ਉਹ ਜਦੋਂ ਮੇਰੇ ਕਿਤੇ ਪਿਤਾ ਜੀ ਕੋਲ ਆਈ ਤਾਂ ਪਿਤਾ ਜੀ ਕਹਿਣ ਲੱਗੇ ਵੀ ਉਹ ਜਿਹੜੇ ਤੁਸੀਂ ਪਿੰਡ ਦੀ ਗੱਲ ਕਰ ਰਹੇ ਹੋ ਉਹਨਾਂ 'ਚੋਂ ਕੋਈ ਸ਼ਖਸ ਨਹੀਂ ਆਇਆ, ਉਹ ਤਾਂ ਉੱਥੇ ਹੀ ਨੇ, ਉਹਨਾਂ 'ਚੋਂ ਕੋਈ ਨਹੀਂ ਆਇਆ। ਹਾਂ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ, ਇੱਥੋਂ ਵੀ ਸੀ ਜਾਣਦੇ ਸੀ ਅਤੇ ਉੱਥੇ ਵੀ ਜਾਣਦੇ, ਕੋਈ ਨੇੜੇ ਹੀ ਆ ਸੀ। ਉਹ ਕਹਿੰਦੀ ਅੱਛਾ ਕੀ ਹਾਲ ਹੈ ਉਹਨਾਂ ਦਾ? ਕਹਿੰਦੇ ਵੀ ਹਾਲ ਇਹ ਹੈ ਵੀ ਜਿੰਨਾ ਕੁ ਰਿਜ਼ਕ ਇੱਥੇ ਸੀਗਾ ਉਹਨਾਂ ਦੇ ਕੋਲ, ਉਹਦੇ ਨਾਲੋਂ ਕੋਈ ਡਿਓਡਾ ਉਹਨਾਂ ਕੋਲ ਆ ਗਿਆ ਆਲਰੇਡੀ, ਉੱਥੇ ਇਹ ਗਏ ਸੀ ਉੱਥੋਂ, ਵੀ ਡਿਓਡਾ ਤਾਂ ਆ ਗਿਆ ਉਹਨਾਂ ਦੇ ਕੋਲ ਜਿੰਨਾ ਕੁ ਉੱਥੇ ਸੀਗਾ। ਜਿਹੋ ਜਿਹੀ ਰੋਟੀ ਇੱਥੇ ਖਾਂਦੇ ਸੀਗੇ ਉਹਦੇ ਨਾਲੋਂ ਬਹੁਤ ਚੰਗੀ ਰੋਟੀ ਉੱਥੇ ਖਾਣ ਲੱਗ ਗਏ ਨੇ, ਜਿੰਨੀ ਕੁ ਇੱਜ਼ਤ ਮਾਣ ਇੱਥੇ ਸੀਗਾ ਉਸ ਤੋਂ ਕੋਈ 10 ਗੁਣਾ ਵੱਧ ਇੱਜ਼ਤ ਮਾਣ ਸਤਿਕਾਰ ਉਹਨਾਂ ਨੇ ਪਿਛਲੇ 6-7 ਸਾਲਾਂ 'ਚ ਉੱਥੇ ਕਮਾ ਲਿਆ। ਉੱਚੀ ਉੱਚੀ ਰੋਣ ਲੱਗ ਗਈ, ਕੁਰਲਾਉਣ ਲੱਗ ਗਈ। ਪਿਤਾ ਜੀ ਕਹਿੰਦੇ ਹੱਦ ਹੋ ਗਈ, ਤੂੰ ਉਹਨਾਂ ਦਾ ਹਾਲ ਪੁੱਛਿਆ, ਮੈਂ ਹਾਲ ਦੱਸਿਆ ਉਹਨਾਂ ਦਾ, ਅਤੇ ਹਾਲ ਸਹੀ ਦੱਸਿਆ ਤਾਂ ਹੈ ਵੀ ਚੰਗਾ, ਇਹਦੇ 'ਚ ਕਿਹੜੀ ਗੱਲ ਹੈ ਵੀ ਨੋ ਡਾਊਟ ਇੱਥੋਂ ਉੱਜੜ ਕੇ ਗਏ, ਹਵੇਲੀਆਂ ਮਕਾਨ ਜ਼ਮੀਨਾਂ ਇੱਥੇ ਰਹਿ ਗਈਆਂ ਅਤੇ ਉੱਥੇ ਜਾ ਕੇ ਉਹਨਾਂ ਨੇ ਸਭ ਬਣਾ ਲਿਆ, ਵਾਪਸ ਲੈ ਲਿਆ ਸਭ ਉਸ ਰੂਪ ਦੇ 'ਚ, ਅਤੇ ਇਹ ਤਾਂ ਗੱਲ ਤਸੱਲੀ ਵਾਲੀ ਹੁੰਦੀ ਹੈ, ਅਤੇ ਥੋੜ੍ਹੀ ਤਸੱਲੀ ਮਿਲਣੀ ਚਾਹੀਦੀ ਹੈ, ਵਰਲਾਪ ਕਰੀ ਜਾਂਦੀ ਹੋਰ ਉੱਚੀ ਉੱਚੀ। ਪਿਤਾ ਜੀ ਨੇ ਮਾਂ ਨੂੰ ਪੁੱਛਿਆ ਵੀ ਮਾਈ ਗੱਲ ਕੀ ਹੋਈ ਹੈ? ਰੋਂਦਿਆਂ ਹੋਇਆਂ ਥੋੜ੍ਹਾ ਸੰਭਾਲਦੀ ਕਹਿੰਦੀ ਉਹ ਸਾਡੇ ਸਕੇ ਨੇ, ਅਸੀਂ ਵੀ ਨਾਲ ਹੀ ਜਾਣਾ ਸੀ ਉਹਨਾਂ ਦੇ, ਲਾਲਚ ਦੇ ਮਾਰਿਆਂ ਨੇ ਉਦੋਂ ਇੱਥੇ ਧਰਮ ਛੱਡਤਾ, ਕਲਮਾ ਪੜ੍ਹ ਲਿਆ ਵੀ ਚਲੋ ਹਵੇਲੀ ਬਚ ਜਾਏਗੀ, ਜ਼ਮੀਨ ਬਚ ਜਾਏਗੀ, ਕਿਉਂਕਿ ਉਦੋਂ ਸਾਰੇ ਜਾ ਰਹੇ ਸੀਗੇ ਤੇ ਇਸ ਤਰੀਕੇ ਨਾਲ। ਕਹਿਣ ਲੱਗੇ ਫਿਰ, ਕਹਿਣ ਲੱਗੇ ਹੋਣਾ ਕੀ ਸੀਗਾ, ਉਹ ਤੁਰ ਗਏ ਇੱਕ ਤਾਂ ਡੈਫੀਨੇਟਲੀ ਉਹਦਾ ਦੁੱਖ, ਉਸ ਤੋਂ ਬਾਅਦ ਲੋਕਾਂ ਦੇ ਤਾਨੇ, ਇੱਥੇ ਜਿਹੜੀ ਹਾਲਤ ਬਣੀ ਹੁਣ। ਹਾਂ ਇਹ ਤਾਂ ਜ਼ਰੂਰ ਹੈ ਵੀ ਰੋਟੀ ਤਾਂ ਖਾ ਰਹੇ ਹਾਂ ਇੱਥੇ, ਪਰ ਖਾ ਰਹੇ ਹਾਂ ਜ਼ਿੱਲਤ। ਕੋਈ ਦਿਨ ਹੋਏ ਜਦੋਂ ਲੋਕ ਇਹ ਤਾਨੇ ਨਹੀਂ ਮਾਰਦੇ, ਬਿੱਲਾ ਤੁਸੀਂ ਵੱਡੇ ਉੱਥੇ, ਤੁਹਾਡਾ ਕੀ ਵਿਸ਼ਵਾਸ ਹੈ ਇਹ ਹਾਲਤ ਬਣੀ ਪਈ? ਸੋ ਇਹ ਕਿ ਜੇ ਬੰਦਾ ਕੰਫਰਟ ਦੇ ਮਗਰ ਭੱਜੇ ਨਾ, ਕੰਫਰਟ ਬੰਦੇ ਨੂੰ ਕਿਸੇ ਕੰਮ ਜੋਗਾ ਨਹੀਂ ਛੱਡਦਾ, ਅਲਟੀਮੇਟਲੀ ਉਹਦੀ ਦੀਨ ਦੁਨੀ ਸਭ ਚਲੀ ਜਾਂਦੀ ਹੈ। ਜਿਹੜੀ ਹੈਪੀਨੈਸ ਆ ਇਹ ਪ੍ਰਿੰਸੀਪਲ ਨੂੰ ਫੋਲੋ ਕਰਨ ਦੇ ਵਿੱਚ ਆ,
ਜੇ ਤੁਸੀਂ ਅਸੂਲ ਪ੍ਰਸਤਗੀ 'ਚ ਆ ਜਾਓ ਨਾ, ਤਾਂ ਹੁੰਦਾ ਵਕਤੀ ਤੌਰ 'ਤੇ ਅਨਕੰਫਰਟ ਵੀ ਹੋਣਾ ਪੈਂਦਾ, ਬੜੇ ਅਨਕੰਫਰਟ 'ਚੋਂ ਲੰਘਣਾ ਪੈਂਦਾ। ਜਿਵੇਂ ਬੇਨਤੀ ਕੀਤੀ, ਹੋ ਸਕਦਾ ਕਦੀ ਇਹ ਸਭ ਹੋਏ, ਕਬ ਹੂੰ ਖੀਰ ਖਾਂਡ ਘਿਓ ਨਾ ਭਾਵੈ, ਕਬ ਹੂੰ ਕਰ ਕਰ ਟੂਕ ਮੰਗਾਵੈ, ਕਬ ਹੂੰ ਪੂਰਨ ਚਨੇ ਬਿਨਾਵੈ। ਲੋਕਾਂ ਨੂੰ ਮਤਲਬ ਕਿਸੇ ਦੇ ਡੁੱਲੇ ਹੋਏ ਕੂੜੇ ਦੇ ਵਿੱਚੋਂ ਵੀ ਚਨੇ ਚੁੱਕ ਕੇ ਖਾਣੇ, ਬੜੀ ਗੁਰਬਤ ਦੀ ਜ਼ਿੰਦਗੀ 'ਚੋਂ ਵੀ ਲੰਘਣਾ ਪਏ। ਪਰ ਜੇ ਸਟੇਟ ਆਫ ਮਾਇੰਡ ਉਹਦੀ ਉਹਦੀ ਦਰੁਸਤਗੀ ਵਾਲੀ ਹੈ, ਤਾਂ ਡੈਫੀਨੇਟਲੀ ਚੀਜ਼ਾਂ ਕਿਤੇ ਨਹੀਂ ਡੁੱਲਦੀਆਂ, ਕਿਤੇ ਨਹੀਂ ਵਿਗੜਦੀਆਂ। ਇਹ ਕੁਦਰਤ ਦਾ ਨਿਯਮ ਆ, ਗੁਣਾਂ ਦੇ ਨਾਲ ਹੀ ਸਭ ਰਿਜ਼ਕ ਆਫਰੀਨ ਹੁੰਦੇ ਨੇ। ਗੁਣ ਹੈਗੇ ਨੇ, ਦੁਨੀਆਂ ਦੀ ਹਰ ਚੀਜ਼ ਤੋਂ ਨਿਵਾਜਣ ਵਾਸਤੇ ਤਿਆਰ ਹੋ ਜਾਏਗੀ। ਬਾਬਾ ਜੀ ਨੇ ਉਹਦੀ ਗੱਲ ਕੀਤੀ, ਸੰਤ ਹੋ ਹੇ ਸੰਤ ਜਨੋ, ਸੁੱਖ ਹੋਵਾ ਸਭ ਥਾਈ, ਜਿਸ ਮਰਜ਼ੀ ਅਵਸਥਾ ਵਿੱਚ ਰਹੋ। ਥਾਈ ਦਾ ਮਤਲਬ ਹੈ ਜਗ੍ਹਾ, ਸਿਚੁਏਸ਼ਨ, ਜੈਸੀ ਮਰਜ਼ੀ ਸਿਚੁਏਸ਼ਨ ਹੋਏ। ਅਸੀਂ ਮੋਸਟਲੀ ਜਿਹੜਾ ਸਿਚੁਏਸ਼ਨ ਨੂੰ ਹੰਟ ਕਰਦੇ ਹਾਂ, ਵੀ ਆਹ ਆਹ ਸਥਿਤੀ ਬਣਾ ਲਈਏ, ਮੈਂ ਆਹ ਕੰਫਰਟ ਜ਼ੋਨ ਬਣਾ ਲਵਾਂ, ਆਹ ਬਣਾ ਲਵਾਂ। ਬਾਬਾ ਜੀ ਕਹਿੰਦੇ ਸਟੇਟ ਆਫ ਮਾਇੰਡ ਬਣਾਓ, ਕੰਫਰਟ ਜ਼ੋਨ ਦੇਖੋ ਨਾ, ਫੋਲੋ ਯੂ, ਦੇਖੋ ਨਾ ਕਮ ਆਫਟਰ ਯੂ, ਬਿਕੋਜ਼ ਯੂ ਹੈਵ ਦੈਟ ਸਟੇਟ ਆਫ ਮਾਇੰਡ। ਉਹਦੀ ਗੱਲ ਕੀਤੀ, ਸੁੱਖ ਹੋਵਾ ਸਭ ਥਾਂ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਿਹਾ ਸਭਨੀ ਜਾਏ, ਰਵ ਰਿਹਾ ਸਭਨੀ ਜਾਏ। ਹੁਣ ਹੈ ਗੱਲ ਰੱਬ ਦੀ, ਰੱਬ ਕਿਸੇ ਨੇ ਨਹੀਂ ਵੇਖਿਆ, ਕੋਈ ਨਹੀਂ ਜਾਣਦਾ ਕਿੱਥੇ ਹੈ। ਬਾਬਾ ਜੀ ਕਹਿੰਦੇ ਮੈਂ ਦੱਸ ਦੇਣਾ ਤੈਨੂੰ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ, ਰਵ ਰਿਹਾ ਹੁੰਦਾ ਰਵਣ ਕਰਕੇ ਬੈਠਾ ਹੋਇਆ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਓਮਨੀ ਪ੍ਰੈਜੈਂਟ, ਪੁਰਖ ਪਰੁਚਿਆ ਹੋਇਆ। ਮਾਲਾ ਦੇ ਮੋਤੀ ਨੇ ਨਾ, ਅਤੇ ਮੋਤੀਆਂ ਦੇ ਜਿਵੇਂ ਧਾਗਾ ਪਰੁਚਿਆ ਹੁੰਦਾ, ਐਵੇਂ ਪਰੁਚਿਆ ਹੁੰਦਾ, ਕਿਤੇ ਵੀ ਬਾਹਰ ਨਹੀਂ ਗਾ। ਇਸੇ ਕਰਕੇ ਗੁਰੂ ਅਰਜਨ ਸਾਹਿਬ ਦਾ ਬਚਨ ਬਾਣੀ 'ਚ ਪੜ੍ਹੀਏ, ਬਾਬਾ ਜੀ ਕਹਿੰਦੇ ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਨੇੜੇ ਦੂਰ ਆਪੇ ਹੀ। ਰੱਬ ਨੇੜੇ ਹੈ ਕਿ ਦੂਰ ਹੈ, ਬਾਣੀ ਦੀ ਇੱਕੋ ਬਾਣੀ ਪੰਕਤੀ ਦੀ ਕਸਵੱਟੀ ਲਾ ਲਓ, ਤੁਹਾਨੂੰ ਰਾਈਟ ਵੇ ਪਤਾ ਲੱਗ ਜਾਏ ਕਿੱਥੇ ਆ। ਬਾਬਾ ਜੀ ਰੱਬ ਨੇੜੇ ਹੈ ਕਿ ਦੂਰ ਹੈ, ਬਾਬਾ ਜੀ ਕਹਿੰਦੇ ਸਿੰਪਲ ਚੀਜ਼ ਹੈ ਪੁੱਤ, ਬੱਚੇ ਇਤਨੀ ਕੁ ਚੀਜ਼ ਚੇਤੇ ਰੱਖੀ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਤੇਰੇ ਕਰਮ ਇਸ ਚੀਜ਼ ਨੂੰ ਤੈਅ ਕਰਨਗੇ, ਉਹ ਨੇੜੇ ਹੈ ਕਿ ਦੂਰ ਹੈ। ਜੇ ਤੇਰੇ ਕਰਮਾਂ ਦੇ ਵਿੱਚ ਉਹਦਾ ਨਿਰਮਲ ਭੈ ਮੌਜੂਦ ਆ, ਉਹ ਤੇਰੇ ਅੰਗ ਸੰਗ ਹੈ। ਜੇ ਤੇਰੇ ਕਰਮਾਂ ਦੇ ਵਿੱਚ ਉਹਦਾ ਨਿਰਮਲ ਭੈ ਮੌਜੂਦ ਨਹੀਂ ਗਾ, ਫਿਰ ਤੇਰੇ ਤੋਂ ਬੜੀ ਦੂਰ ਆ। ਅਤੇ ਵਾਹਿਗੁਰੂ ਕਿਸੇ ਤੋਂ ਦੂਰ ਨਾ ਹੋਏ, ਸੁਰਤ 'ਚ, ਖਿਆਲ 'ਚ, ਜ਼ਹਿਨ 'ਚ, ਉਹਦੀ ਦੂਰੀ ਦੂਰੀ ਨਹੀਂ ਗੀ ਅਸਲ ਦੇ 'ਚ। ਬਾਬਾ ਜੀ ਕਹਿੰਦੇ ਜੋ ਦੂਰ ਬਹੁਤ ਹੋ ਜਾਏਗਾ ਤਾਂ ਫਿਰ ਭੁੱਲ ਜਾਏਗਾ, ਅਤੇ ਐਸਾ ਦਿਨ ਨਾ ਆਵੇ ਜਿੱਦਣ ਤੂੰ ਉਹਨੂੰ ਭੁੱਲ ਜਾਏ, ਕਿਉਂਕਿ ਜਿੱਦਣ ਤੂੰ ਉਹਨੂੰ ਭੁੱਲਿਆ ਤਾਂ ਬਾਬਾ ਜੀ ਕਹਿੰਦੇ ਪਰਮੇਸ਼ਰ 'ਤੇ ਭੁੱਲਿਆ ਵਿਆਪਣ ਸਭੇ ਰੋਗ। ਹੋ ਸਕਦਾ ਤੂੰ ਬੇਮੁੱਖ ਹੋ ਜਾਏ, ਤੈਨੂੰ ਪਤਾ ਹੀ ਨਾ ਹੋਏ ਮੂੰਹ ਕਿੱਧਰ ਕਰਨਾ ਹੈ, ਕਿਹੜਾ ਤੇਰੇ ਲਈ ਆਈਡੀਅਲ ਆ, ਕਿਹੜੀ ਸਕੂਲ ਆਫ ਥੋਟ ਨੂੰ ਤੈਨੂੰ ਫੋਲੋ ਕਰਨਾ ਚਾਹੀਦਾ। ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਜੋਗ, ਫਿਰ ਵੀ ਚੇਤੇ ਰੱਖੀ ਜਿਸ ਜਿਹਨੂੰ ਕੰਫਰਟ ਸਮਝਦਾ ਨਾ ਤੂੰ, ਖਿੰਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਇਹ ਸਭ ਕੌੜੇ ਹੋ ਜਾਣਗੇ, ਜ਼ਹਿਰ ਹੋ ਜਾਣਗੇ। ਲੋਕ ਮਹਿਲਾਂ 'ਚ ਬੈਠੇ ਹੋਏ ਕੁਰਲਾਉਂਦੇ, ਲੋਕ ਸੁੱਖ ਦੀਆਂ ਸੇਜਾਵਾਂ 'ਤੇ ਬੈਠੇ ਹੋਏ ਵਰਲਾਪ ਕਰਦੇ। ਅੱਜ ਮਾਡਰਨ ਸੋਸਾਇਟੀ ਦੀ ਹਾਲਤ ਦੇਖ ਲਓ ਤੁਸੀਂ, ਕੀ ਬਣੀ ਪਈ। ਮਤਲਬ ਆਪਾਂ ਇਕੱਲਾ ਜਿਵੇਂ ਸਲੀਪਿੰਗ ਡਿਸਆਰਡਰ ਕਹਿੰਦੇ ਹਾਂ, ਨੀਂਦ, ਆਹ ਨੌਰਥ ਅਮੈਰੀਕਾ ਦੀ ਹਾਲਤ ਦੇਖ ਲਓ ਕੀ ਬਣੀ ਪਈ। ਲੋਕਾਂ ਨੂੰ ਮਤਲਬ ਨੀਂਦ ਆਉਣ ਨਾ ਆਉਣੀ ਮੈਂਟਲ ਹੈਲਥ ਦਾ ਵੱਡਾ ਰੀਜ਼ਨ ਇਹ ਬਣ ਗਿਆ, ਨੀਂਦ ਨਹੀਂ ਆਉਂਦੀ।
ਕਿਉਂ ਨਹੀਂ ਆਉਂਦੀ ਬਾਈ? ਕੀ ਦਿੱਕਤ ਕੀ ਹੈ? ਰੌਲਾ ਪੈ ਰਿਹਾ, ਸ਼ੋਰ ਸ਼ਰਾਬਾ ਆਇਆ ਆਲੇ ਦੁਆਲੇ? ਨਹੀਂ ਨਹੀਂ, ਬੜਾ ਇਹੋ ਜਿਹੋ ਜਿਹੀਆਂ ਰਹਾਇਸ਼ਾਂ ਇੱਥੇ ਨੇ, ਇਹੋ ਜਿਹੇ ਤਾਂ ਹੈ ਹੀ ਨਹੀਂ ਕਿਤੇ। ਬਿਲਕੁਲ ਕੁਆਇਟ, ਲੱਕੜ ਦੇ ਬੜੇ ਮਕਾਨ ਨੇ ਸਾਰੇ ਦੇ ਸਾਰੇ, ਬਿਲਕੁਲ ਜਿਹੜਾ ਹੈ ਉਹਨਾਂ ਦੇ ਵਿੱਚ ਆਵਾਜ਼ ਕਿਸੇ ਕਿਤੇ ਕਿਸਮ ਦੀ। ਆਲੇ ਦੁਆਲੇ ਬੜਾ ਸੋਹਣੇ ਢੰਗ ਨਾਲ ਨੇਬਰਹੁੱਡਸ ਬਣਾਈਆਂ ਨੇ, ਟਾਊਨਸ਼ਿਪਸ ਡਿਵੈਲਪ ਕੀਤੀਆਂ ਨੇ, ਵਿੱਚ ਦੇ ਪ੍ਰੋਪਰ ਦੂਰੀ ਰੱਖੀ ਹੈ, ਪ੍ਰੋਪਰ ਸਾਰਾ ਕੁਝ ਕੀਤਾ। ਫਿਰ ਅਨਕੰਫਰਟ ਹੋਏਗਾ ਉੱਥੇ, ਸਰਦੀ ਗਰਮੀ ਠੰਡ ਬੜੀ ਠੰਡ ਲੱਗਦੀ, ਨਾ ਨਾ ਬਿਲਕੁਲ ਕੰਫਰਟ। ਤੁਸੀਂ -40 ਦੇ ਵਿੱਚ ਵੀ ਇੱਕ ਆਰਾਮ ਨਾਲ ਇੱਕ ਪਤਲਾ ਚਾਦਰ ਕੰਬਲ ਲੈ ਕੇ ਸੋ ਸਕਦੇ ਹੋ ਆਪਣੇ ਬੈੱਡ ਦੇ ਉੱਤੇ, ਤੁਸੀਂ +40 ਦੇ ਵਿੱਚ ਵੀ ਆਰਾਮ ਦੇ ਨਾਲ ਆਪਣਾ ਕੰਬਲ ਲੈ ਕੇ ਅੰਦਰ ਸੋ ਸਕਦੇ ਹੋ, ਕੋਈ ਦਿੱਕਤ ਨਹੀਂ ਹੈ ਇਸ ਕਿਸਮ ਦੇ ਇਨਵਾਇਰਮੈਂਟ। ਫਿਰ ਇੱਥੇ ਹਾਂ, ਰੀਜ਼ਨ ਕੀ ਬਣ ਗਿਆ? ਰੀਜ਼ਨ ਇਹੋ ਹੀ ਹੈ ਕਿ ਬੇਮੁੱਖ ਹੋਏ ਰਾਮ ਦੇ ਲੱਗਣ ਜਨਮ ਵਿਜੋ, ਖਿਨਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਮਾਇਆ ਦੇ ਭੋਗ ਜਿਹੜੇ ਨੇ ਇਹ ਹੈਗੇ ਤਾਂ ਲੱਗਦੇ ਤਾਂ ਬੜੇ ਮਿੱਠੇ ਬੜੇ ਚੰਗੇ ਨੇ, ਪਰ ਇਨਡੀਡ ਸੁੱਖ ਸੁਖਾਂ ਜਿਹੜੀ ਮਾਨਸਿਕ ਦਸ਼ਾ ਆ ਇਹ ਪ੍ਰਿੰਸੀਪਲਸ ਨੂੰ ਫੋਲੋ ਕਰਕੇ ਆਉਂਦੀ ਹੈ, ਇਹ ਡਿਸਿਪਲਨਰੀ ਮੈਜਰਸ ਲੈ ਕੇ ਆਉਂਦੀ ਹੈ। ਜਿੱਥੇ ਉਹ ਟੁੱਟਣਗੇ ਜ਼ਿੰਦਗੀ ਦੁੱਖਾਂ ਦਾ ਸਬੱਬ ਬਣ ਜਾਏਗੀ। ਇਸ ਕਰਕੇ ਬਾਬਾ ਜੀ ਕਹਿੰਦੇ ਉਹ ਵਾਹਿਗੁਰੂ ਸਭ ਥਾਈਂ ਵੱਸ ਰਿਹਾ, ਸਭ ਜਾਈਂ ਵੱਸ ਰਿਹਾ, ਪਰ ਵੱਸ ਰਿਹਾ ਅਸੂਲਾਂ ਦੇ ਵਿੱਚ, ਪ੍ਰਿੰਸੀਪਲਸ ਦੇ ਵਿੱਚ, ਗੁਣਾਂ ਦੇ ਵਿੱਚ, ਸ਼ੁਭਤਾ ਦੇ ਵਿੱਚ। ਹੁਣ ਆ ਜੀ ਸ਼ੁਰੂਆਤੀ ਬੰਦ ਵਿੱਚ, ਪਰਮੇਸ਼ੁਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ। ਸੰਪਰਦਾਇ ਟੀਕਾਕਾਰ ਇਸ ਨੂੰ ਮੋਸਟਲੀ ਬੰਨਾ ਬੰਨਾ ਬੰਨੀ ਵਿਆਹ ਦੇ ਕੋਨਸੈਪਟ 'ਚ ਲੈ ਜਾਂਦੇ ਨੇ, ਪਰ ਜਦੋਂ ਸਾਰੇ ਸ਼ਬਦ ਨੂੰ ਧਿਆਨ ਨਾਲ ਦੇਖੀਏ, ਉਹਦਾ ਲੱਭੋ ਲਬਾਬ ਕੱਢੀਏ, ਅਤੇ ਫਿਰ ਜਿਹੜਾ ਸ਼ਬਦ ਕੋਸ਼ਾਂ ਦੀ ਮਦਦ ਦੇ ਨਾਲ ਫਿਰ ਪਤਾ ਲੱਗਦਾ ਬੰਨੇ ਦਾ ਮਤਲਬ ਹੈ ਬੰਨ ਬੰਨਣਾ, ਬੈਂਕ ਕਰਨਾ ਕਿਸੇ ਚੀਜ਼ ਨੂੰ, ਕਿਸੇ ਚੀਜ਼ ਨੂੰ ਰੋਕ ਪਾਉਣੀ। ਇਹ ਮਨ ਦੀ ਅਵਸਥਾ ਹੈ, ਵਿਚਲਿਤ ਹੋ ਜਾਂਦਾ, ਡਾਵਾਂ ਡੋਲ ਹੋ ਜਾਂਦਾ, ਬੜੇ ਜਲਦੀ ਜਿਹੜਾ ਇਹਦੇ ਕੋਲੋਂ ਚੀਜ਼ਾਂ ਬਿਖਰ ਜਾਂਦੀਆਂ। ਮਹਾਰਾਜ ਬਿਆਨ ਕਰਦੇ ਪਰਮੇਸ਼ੁਰ ਦਿੱਤਾ ਬੰਨਾ, ਇਹਨੂੰ ਬੰਨ ਲਾ ਦਿੱਤਾ, ਇਹਨੂੰ ਟਿਕਾ ਦਿੱਤਾ। ਜਦੋਂ ਟਿਕਿਆ ਹੋਇਆ ਮਨ ਆ, ਉਹ ਫਿਰ ਗੁਣ ਅਸੂਲ ਉਹਨਾਂ ਨੂੰ ਸਾਂਭਣ ਦੀ ਜਾਚ ਸਿੱਖ ਲੈਂਦਾ। ਪਰਮੇਸ਼ੁਰ ਦਿੱਤਾ ਬੰਨਾ, ਉਹ ਬੰਨਣ ਦੇ ਨਾਲ ਦੁੱਖ ਰੋਗ ਕਾ ਡੇਰਾ ਭੰਨਾ, ਦੁੱਖਾਂ ਅਤੇ ਰੋਗਾਂ ਦਾ ਡੇਰਾ, ਕਿਉਂਕਿ ਦੁੱਖ ਅਤੇ ਰੋਗ ਨੇ ਕਿੱਥੇ ਰਹਿਣਾ ਆ? ਤੁਹਾਡੇ ਮਨ ਵਿੱਚ ਆ ਕੇ ਰਹਿਣਾ। ਜਦੋਂ ਤੁਹਾਡੇ ਮਨ ਦੀ ਦਸ਼ਾ ਬਦਲ ਗਈ, ਤੁਸੀਂ ਉੱਥੇ ਦੁੱਖ ਦੇ ਬਹਿਣ ਲਈ ਥਾਂ ਹੀ ਨਹੀਂ ਛੱਡੀ, ਕਿਸੇ ਚੀਜ਼ ਦਾ ਹੈਬੀਟੈਟ ਹੁੰਦਾ। ਹੁਣ ਚੂਹਿਆਂ ਦਾ ਰਹਿਣ ਦਾ ਆਪਣਾ ਹੈਬੀਟੈਟ ਹੈ, ਇਸ ਤਰ੍ਹਾਂ ਜਾਣੋ ਮੱਕੜੀਆਂ ਦਾ, ਚਾਮ ਚੜਿੱਕਾਂ ਦਾ, ਜਿਹੜੇ ਬੈਟਸ ਵਗੈਰਾ, ਉਹਨਾਂ ਦੇ ਰਹਿਣ ਦਾ ਇੱਕ ਆਪਣਾ ਹੈਬੀਟੈਟ ਹੈ। ਤੁਸੀਂ ਉਹਨਾਂ ਦਾ ਹੈਬੀਟੈਟ ਨਾ ਰਹਿਣ ਦਿਓ, ਨਹੀਂ ਰਹਿਣਗੇ। ਤਿੱਤਲੀਆਂ ਦਾ ਰਹਿਣ ਦਾ ਇੱਕ ਆਪਣਾ ਹੈਬੀਟੈਟ ਹੈ, ਸ਼ਹਿਦ ਦੀਆਂ ਮੱਖੀਆਂ ਦਾ ਰਹਿਣ ਦਾ ਇੱਕ ਆਪਣਾ ਹੈਬੀਟੈਟ ਹੈ, ਅਤੇ ਜਿਹੜਾ ਦੂਜੀਆਂ ਮੱਖੀਆਂ ਨੇ ਜਿਹੜੀਆਂ ਖਾਸ ਕਰਕੇ ਡਲਟੀ ਬੀਜ ਨੇ, ਉਹਨਾਂ ਦਾ ਆਪਣਾ ਹੈ। ਆਪਾਂ ਦੇਖੀਏ ਆਪਾਂ ਕਿਸ ਚੀਜ਼ ਨੂੰ ਰੱਖਣਾ ਆ, ਇਹ ਕੁਛ ਹੋਰ ਨਹੀਂ, ਸਾਡੇ ਖਿਆਲਾਂ ਦੀ ਗੱਲ ਹੋ ਰਹੀ ਹੈ, ਸੋਚਾਂ ਦੀ ਗੱਲ ਹੋ ਰਹੀ ਹੈ। ਸੋਚ ਮੰਡਲਾਂ ਦੇ ਵਿੱਚ ਜੇ ਚਿੰਤਾਵਾਂ, ਝੋਰੇ, ਫਿਕਰ ਇਹ ਰੱਖਣੇ ਨੇ, ਬਈ ਠੀਕ ਹੈ, ਉਵੇਂ ਦਾ ਹੈਬੀਟੈਟ ਬਣਾ ਕੇ ਰੱਖੋ ਅੰਦਰ, ਅਤੇ ਜੇ ਇਹਦੀ ਥਾਂ ਦੇ ਉੱਤੇ ਬੇਪਰਵਾਹੀ, ਸੁੱਖ, ਮਤਲਬ ਹਰ ਤਰ੍ਹਾਂ ਦੇ ਨਾਲ ਅੰਦਰ ਤਸੱਲੀ, ਸਹਿਜੇ ਰੱਖਣਾ ਆ, ਫਿਰ ਪਈ ਉਵੇਂ ਦੀ। ਬਾਬਾ ਜੀ ਕਹਿੰਦੇ ਹੁਣ ਵਾਹਿਗੁਰੂ ਨੇ ਤਰਸ ਕਰ ਦਿੱਤਾ ਇਹਨਾਂ ਚੀਜ਼ਾਂ ਦਾ, ਬੈਂਕ ਬੰਨ ਬੰਨ ਦਿੱਤਾ। ਹੁਣ ਉਹਦੇ ਨਾਲ ਹੋਇਆ ਕੀ ਹੈ? ਦੁੱਖ ਰੋਗ ਕਾ ਡੇਰਾ ਭੰਨਾ, ਉਹਨਾਂ ਦਾ ਡੇਰਾ ਹੀ ਭੱਜ ਗਿਆ, ਉਹ ਹੁਣ ਆ ਹੀ ਨਹੀਂ ਸਕਦੇ, ਰਹਿ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਦਾ ਉੱਥੇ ਉਹ ਟਿਕਾਣਾ ਹੀ ਨਹੀਂ ਰਹਿ ਗਿਆ। ਬਾਬਾ ਜੀ ਬਿਆਨ ਕਰਦੇ ਆਨੰਦ ਕਰੈ ਨਰ ਨਾਰੀ, ਆਨੰਦ ਕਰੈ ਨਰ ਨਾਰੀ। ਨਰ ਨਾਰੀ ਸਾਡੇ ਆ ਗਿਆਨ ਇੰਦਰੇ ਅਤੇ ਕਰਮ ਇੰਦਰੇ,
ਇਹੀ ਐਕਚੁਅਲੀ ਸਭ ਰਿਫਲੈਕਸ਼ਨ ਕਰਦੇ ਨੇ ਹਰ ਚੀਜ਼ ਦੀ। ਬੰਦੇ ਦੀਆਂ ਅੱਖਾਂ ਉਹਦੀ ਜ਼ਬਾਨ ਨਾਲੋਂ ਜ਼ਿਆਦਾ ਬੋਲਦੀਆਂ ਨੇ, ਜੇ ਤੁਸੀਂ ਪੜ੍ਹ ਸਕੋ ਤਾਂ। ਬੰਦੇ ਦਾ ਚਿਹਰਾ ਉਹਦੇ ਸਾਰੇ ਹਾਵ ਭਾਵ ਤੋਂ ਕਿਤੇ ਵੱਧ ਬੋਲਦਾ ਹੈ, ਅਤੇ ਇਹੀ ਬਾਡੀ ਲੈਂਗੁਏਜ ਹੈ। ਤੁਸੀਂ ਮੈਨੂੰ ਕਹੋ ਭਾਈ ਸਾਹਿਬ ਕਿਵੇਂ ਹੋ, ਅਤੇ ਮੈਂ ਸਮਾਈਲ ਕਰਕੇ ਨਹੀਂ, ਮੈਂ ਬਹੁਤ ਠੀਕ ਹਾਂ ਜੀ, ਮੈਂ ਬਹੁਤ ਠੀਕ ਹਾਂ। ਪਰ ਰਾਈਟਰ ਪਤਾ ਲੱਗਾ ਵੀ ਸਮਾਈਲ ਫੋਰਸਫੁਲੀ ਆ ਰਹੀ ਹੈ। ਕੋਈ ਮੇਰੇ ਵੱਲ ਦੇਖੇ ਅਤੇ ਮੈਂ ਕਿਹਾ ਜੀ ਮੈਂ ਤਾਂ ਬਹੁਤ ਸਹਿਜ ਚ ਰਹੀ ਹਾਂ ਜੀ, ਮੈਂ ਤਾਂ ਬਹੁਤ ਸਹਿਜ, ਅੰਗ ਅੰਗ ਮੇਰਾ ਫੜਕ ਰਿਹਾ, ਦੱਸ ਰਿਹਾ ਉਹ ਤਾਂ ਹੈ ਹੀ ਨਹੀਂ ਜਿਹਦੀ ਗੱਲ ਕਰ ਰਿਹਾ, ਮਿਸਮੈਚ ਹੈ, ਗੁਸਤਾਖੀ ਲਈ ਮਾਵੀ। ਆ ਸੰਸਾਰ ਇਸੇ ਕਰਕੇ ਹੈ, ਘਰਾਂ ਥਾਵਾਂ ਦੇ ਵਿੱਚ ਮਾਪੇ ਪਾਠ ਕਰਦੇ, ਬੱਚੇ ਵੇਖਦੇ ਕੀ ਹਿਪੋਕ੍ਰੇਸੀ ਕਰ ਰਹੇ ਨੇ, ਇਹ ਬਈ ਬੜੀ ਵੱਡੀ ਦਿੱਕਤ। ਉਹਨੂੰ ਮਹਿਸੂਸ ਹੁੰਦਾ ਪਾਠ ਸਹਿਜ ਦਾ ਪ੍ਰਤੀਕ ਹੈ, ਸ਼ਾਂਤੀ ਦਾ ਪ੍ਰਤੀਕ ਹੈ, ਟਕਾਅ ਦਾ ਪ੍ਰਤੀਕ ਹੈ, ਇਹ ਤਾਂ ਹੈ ਹੀ ਨਹੀਂ, ਇਹਦੇ 'ਚ ਤਾਂ 1% ਵੀ ਨਜ਼ਰ ਨਹੀਂ ਪੈਂਦਾ, ਫਿਰ ਹੋ ਕੀ ਰਿਹਾ ਆ ਉੱਥੋਂ, ਫਿਰ ਉੱਥੋਂ ਸਾਰੀ ਗੜਬੜ ਹੁੰਦੀ ਸਾਰੀ। ਅਨੰਦ ਕਰੇ ਨਰ ਨਾਰੀ, ਤੁਹਾਡਾ ਪੂਰੇ ਦਾ ਪੂਰਾ ਜਿਹੜਾ ਆਯਾਮ ਆ ਇਹ ਸਭ ਕੁਝ ਰਿਫਲੈਕਟ ਕਰ ਰਿਹਾ ਆ। ਬਾਬਾ ਜੀ ਕਹਿੰਦੇ ਹੁਣ ਇਹ ਗਿਆਨ ਇੰਦਰੇ ਅਤੇ ਕਰਮ ਇੰਦਰੇ ਇੱਕ ਬੜੇ ਵਧੀਆ ਰਿਦਮ ਦੇ ਵਿੱਚ, ਇੱਕ ਬੜੇ ਵਧੀਆ ਸਕੂਲ ਆਫ ਥਾਟ ਦੇ ਨਾਲ ਇਨਕਲਾਈਨ ਕਰ ਗਏ ਨੇ, ਬਿਲਕੁਲ ਅਲਾਈਨ ਹੋ ਗਏ ਨੇ ਉਸ ਰੂਪ ਦੇ ਵਿੱਚ। ਹੁਣ ਜੇ ਸਪੋਜ਼ ਕਰੋ ਹੱਥਾਂ ਨੇ ਗੁਟਕਾ ਫੜਿਆ, ਅੱਖਾਂ ਦੀ ਚਮਕ ਨਾਲ ਹੀ ਵੱਧ ਕੇ ਉਹਨਾਂ ਕਿਹਾ ਗੱਲ ਬਣ ਗਈ, ਹੁਣ ਜ਼ਬਾਨ ਨਾਲ ਹੀ ਕਹਿੰਦੀ ਬਸ ਹੁਣ ਤੂੰ ਫਿਕਰ ਨਾ ਕਰ, ਮੈਂ ਇਹਨੂੰ ਬੋਲ ਪੜਾਂਗੀ ਨਹੀਂ ਗਾਵਾਂਗੀ। ਸੁਰਤ ਕਹਿੰਦੀ ਤੂੰ ਬਸ ਬੋਲੀ ਜਾ ਪੜ੍ਹੀ ਜਾ, ਮੈਂ ਇਹਦੇ ਨਾਲ ਹੀ ਬਸ ਨਾਲ ਦੀ ਨਾਲ ਹੀ ਇਹਦੇ ਨਾਲ ਜਿਹੜਾ ਹੈਗਾ ਉਹਦੇ ਮੇਲ ਦੀ ਤੁਰੀ ਲੱਗੇ ਜਾਵਾਂਗੇ। ਮਨ ਕਹਿੰਦਾ ਤੁਸੀਂ ਬਸ ਸਾਰੇ ਸਰੂਪ 'ਚ ਕਰੀ ਜਾਓ, ਮੈਂ ਇਹਦੇ ਨਾਲ ਹੀ ਥਾਪਾਂ ਪਾਈ ਜਾਣੀਆਂ। ਆਨੰਦ ਕਰਾਂ ਨਰ ਨਾਲ, ਇੱਕ ਐਸੀ ਖੇਡ ਜਿਹੜੀ ਅਸਲ 'ਚ ਵਿਸਮਾਤ ਦੀ ਦੁਨੀਆਂ 'ਚ ਲਈ ਜਾਂਦੇ, ਆਨੰਦ ਕਰਾਂ ਨਰ ਨਾਲ। ਪਰ ਫਿਰ ਗੁਰੂ ਅਰਜਨ ਸਾਹਿਬ ਕਹਿੰਦੇ ਹਰ ਹਰ ਪ੍ਰਭ ਕਿਰਪਾ ਧਾਰੀ, ਅਤੇ ਕਿਸੇ ਹੋਰ ਨੇ ਨਹੀਂ, ਵਾਹਿਗੁਰੂ ਨੇ ਆਪਣੀ ਕਿਰਪਾ ਦਾ ਰੂਪ ਵਟਾ ਦਿੱਤਾ ਮੇਰੇ ਅੰਦਰ, ਇਹ ਤਾਂ ਚੀਜ਼ ਵਾਪਰੀ ਹੈ ਸਾਰੀ। ਅਗਲੇਰਾ ਬਚਨ ਤੁਰਕੀ ਬਾਣੀ ਆ ਗਈ। ਇਹ ਗੁਰੂ ਅਰਜਨ ਸਾਹਿਬ ਤੁਹਾਨੂੰ ਨਾ ਕੋਈ ਖਿਆਲ ਆਇਆ ਹੋਣਾ, ਹੈ ਤੁਹਾਨੂੰ ਕੋਈ, ਤੁਸੀਂ ਆਪਣੇ ਤੌਰ 'ਤੇ ਕੋਈ ਇਮੈਜੀਨੇਸ਼ਨ ਕੀਤੀ ਹੋਣੀ ਹੈ ਇਹ ਸਾਰੇ ਆਈਡੀਏ ਤੁਹਾਨੂੰ ਦੇਣ ਵਾਸਤੇ, ਤੁਹਾਡਾ ਕੋਈ ਆਪਣਾ ਕੋਈ ਤਸੱਵਰ ਹੋਣਾ, ਤੁਹਾਡੀ ਕੋਈ ਆਪਣੀ ਜਿਹੜੀ ਹੈ ਕਲਪਨਾ ਹੋਣੀ ਹੈ। ਬਾਬਾ ਜੀ ਕਹਿੰਦੇ ਨਹੀਂ, ਐਸਾ ਕੁਛ ਨਹੀਂ ਹੈ। ਕਈ ਵਾਰੀ ਹੋਈਆਂ ਚੀਜ਼ਾਂ, ਮੈਨੂੰ ਯਾਦ ਹੈ ਮੈਂ ਅਮੈਰੀਕਾ ਸੀ ਕਾਫੀ ਸਾਲ ਪਹਿਲਾਂ ਦੀ ਗੱਲ ਆ, ਅਤੇ ਇੱਕ ਸੱਜਣ ਮੇਰੇ ਨਾਲ ਬੈਠੇ ਅਤੇ ਉਹ ਕਹਿੰਦੇ ਛਾ ਭਾਈ ਸਾਹਿਬ ਜਿਹੜੀ ਬਾਣੀ ਹੈ ਵੀ ਐਵੇਂ ਲਿਖੀ ਹੋਣੀ, ਬਾਬਾ ਜੀ ਨੇ ਪਹਿਲਾਂ ਇੱਕ ਡਰਾਫਟ ਬਣਾਇਆ ਹੋਣਾ, ਫਿਰ ਉਹ ਡਰਾਫਟ ਦੇ ਵਿੱਚ ਥੋੜ੍ਹੇ ਦਿਨਾਂ ਬਾਅਦ ਚੇਂਜਿਸ ਕੀਤੇ ਹੋਣਗੇ, ਫਿਰ ਉਹਨਾਂ ਚੇਂਜਿਸ ਦੇ ਅੰਦਰ ਕੁਝ ਬਾਬਾ ਜੀ ਨੇ ਕਿਹਾ ਹੋਣਾ ਵੀ ਕਿਤੋਂ ਇੱਧਰ ਉੱਧਰ ਪੁੱਛ ਕੇ ਵੀ ਨਹੀਂ ਨਹੀਂ ਆਹ ਵਰਡ ਠੀਕ ਨਹੀਂ ਜਾਂਦਾ, ਆਹ ਵਾਲਾ ਪਾ ਦਈਏ, ਇਸ ਤਰੀਕੇ ਨਾਲ ਕਰ ਦਈਏ। ਅਤੇ ਮੈਂ ਕਿਹਾ ਸੱਜਣਾ ਗੱਲ ਇਹ ਹੈ, ਇਹ ਨਾ ਡਾਇਰੀਆਂ ਲਿਖ ਲਿਖ ਕੇ ਲਿਖੀ ਕਵਿਤਾ ਨਹੀਂ ਹੈ, ਅਤੇ ਇਹ ਬਾਣੀਕਾਰਾਂ ਨੇ ਬਿਆਨ ਵੀ ਕੀਤਾ ਵਾਰ ਵਾਰ, ਕਿਹਾ ਵੀ ਅਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਬਾਬਾ ਕਬੀਰ ਜੀ ਕਹਿੰਦੇ। ਕਈ ਵਾਰੀ ਲੋਕ ਮੈਨੂੰ ਆਉਣਗੇ ਵੀ ਕਬੀਰ ਸਾਹਿਬ ਕੋਈ ਨਾ ਦੋ ਚਾਰ ਟੁਕੜੇ ਕਵਿਤਾ ਦੇ ਸੁਣਾਓ ਆਪਣੀ ਨੇ, ਕਵਿਤਾ ਬੜੀ ਵਧੀਆ ਕਹਿੰਦੇ ਹੋ ਤੁਸੀਂ, ਆਹ ਬਹੁਤ ਕਮਾਲ ਦੀ, ਐਸੀ ਕਵਿਤਾ ਕਦੀ ਸੁਣੀ ਨਹੀਂ, ਕਬੀਰ ਸਾਹਿਬ ਕਵਿਤਾ ਕੋ ਕਹਿੰਦੇ ਕਵਿਤਾ ਨਹੀਂ ਗੀ।
ਇਹ ਤੁਹਾਡੀ ਇੰਟਰਟੇਨਮੈਂਟ ਦਾ ਇਕੱਲਾ ਉਹ ਸਬੱਬ ਨਹੀਂ ਹੈ, ਤੁਸੀਂ ਮਤੇ ਸਮਝੋ, ਇਹ ਤੇ ਬ੍ਰਹਮ ਵਿਚਾਰ ਹੈ। ਮੈਂ ਤਾਂ ਕਈ ਵਾਰ ਬੇਨਤੀ ਕਰਦਾ, ਜਿਹੜਾ ਇਹ ਸਪਿਰਚੁਅਲਿਟੀ ਦਾ ਕਾਨਸੈਪਟ ਹੈ ਨਾ, ਜੇ ਤੁਸੀਂ ਬੜੇ ਧਿਆਨ ਨਾਲ ਦੇਖੋਗੇ, ਇਹ ਕੋਈ ਇੰਟਰਟੇਨਮੈਂਟ ਨਹੀਂ ਹੈ, ਇਹ ਹੈਂਕੀ ਪੈਂਕੀ ਬਿਜ਼ਨਸ ਨਹੀਂ ਗਾ, ਇਟਸ ਅ ਵੈਰੀ ਸੀਰੀਅਸ ਬਿਜ਼ਨਸ। ਇਹ ਤੇ ਅਧਿਆਤਮ ਤਲ ਦੀ ਖੇਡ ਹੈ ਸਾਰੀ, ਇਹ ਤੇ ਇੱਕ ਜੀਵਨ ਦੀ ਉਸਾਰੀ ਹੈ। ਸੋ ਮਹਾਰਾਜ ਬਿਆਨ ਕਰਦੇ ਇਹ ਕੁਝ ਹੋਰ ਨਹੀਂ, ਤੁਰਕੀ ਬਾਣੀ ਆ, ਇਹ ਤੁਰਦੀ ਹੈ, ਤੁਹਾਡੇ ਮੂਲ ਦੀ ਹੈ, ਤੁਹਾਡੇ ਅਸਲੇ ਦੀ ਹੈ, ਜੋਤ ਦੀ ਗੱਲ ਹੈ ਸਾਰੀ, ਪ੍ਰਕਾਸ਼ ਦੀ ਗੱਲ ਹੈ, ਤੁਰਕੀ ਬਾਣੀ ਆਏ। ਅਤੇ ਇਹ ਆਮਦ ਨਾਲ ਹੀ ਸਗਲੀ ਚਿੰਤ ਮਿਟਾਏ। ਵੈਸੇ ਸਾਡੇ ਚਿੱਤ ਦੇ ਵਿੱਚ ਚਿੰਤਾ ਇਤਨੀ ਜ਼ੋਰਾਵਰ ਆ, ਤੁਸੀਂ ਚਾਹ ਕੇ ਵੀ ਕੱਢ ਨਹੀਂ ਸਕਦੇ ਹੋ। ਉਹ ਕਹਿੰਦੀ ਮੇਰਾ ਘਰ ਹੀ ਹੈ, ਮੈਂ ਰਹਿਣਾ ਹੀ ਇੱਥੇ, ਤੁਸੀਂ ਕਿਵੇਂ ਕੱਢ ਦਿਓਗੇ ਮੈਨੂੰ? ਹਾਂ, ਇੱਕੋ ਚੀਜ਼ ਹੈ, ਜਦੋਂ ਚਿੰਤਾ ਦੇ ਪੈਰਲਰ ਤੁਸੀਂ ਚਿੰਤਨ ਲੈ ਆਉਂਦੇ ਹੋ ਨਾ, ਤਾਂ ਫਿਰ ਚਿੰਤਾ ਕਹਿੰਦੀ ਵੀ ਨਹੀਂ ਨਹੀਂ ਜਿੱਥੇ ਇਹ ਰਹੇਗਾ ਨਾ, ਮੈਂ ਨਹੀਂ ਰਹਿਣਾ ਇੱਥੇ, ਮੈਂ ਤਾਂ ਇਕੱਲੀ ਹਾਂ। ਤੂੰ ਫਿਰ ਚਿੰਤਨ ਹੁੰਦਾ ਅੰਦਰ, ਕੋਈ ਆ ਕੇ ਪੁੱਛਦਾ ਹੈ ਵੀ ਤੁਹਾਨੂੰ ਕੋਈ ਫਿਕਰ ਨਹੀਂ ਗੱਲ ਦਾ, ਉਹ ਕਹਿੰਦਾ ਉਹ ਕੀ ਹੁੰਦਾ, ਚਿੰਤਾ ਨਹੀਂ ਹੁੰਦੀ, ਕਹਿੰਦੇ ਉਹ ਕੀ ਹੁੰਦਾ, ਉਹ ਕਹਿੰਦੇ ਲੈ ਮਜ਼ਾਕ ਕਰਦਾ, ਸਾਡੇ ਤਾਂ ਹਿਰਦੇ ਘਰ 'ਚ ਵੱਸਦੀ ਹੋਇਆ ਸਵੇਰ ਤੋਂ ਸ਼ਾਮ ਤੱਕ, ਕੋਈ ਤਾਂ ਕਹਿੰਦਾ ਮੈਂ ਕਦੇ ਦਰਸ਼ਨ ਹੀ ਨਹੀਂ ਕੀਤੇ ਉਹਦੇ, ਉਹ ਹੁੰਦੀ ਕੀ ਹੈ? ਇੱਥੇ ਬਾਬਾ ਜੀ ਕਹਿੰਦੇ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹੈ, ਉਹ ਤਰਸ ਦਾ ਘਰ, ਮਿਹਰਾਮਤ ਦਾ ਘਰ, ਉਹਨੇ ਮਿਹਰ ਕੀਤੀ ਹੈ। ਹਰ ਨਾਨਕ ਸਾਚ ਵਿਖਾਨਾ, ਬਾਬਾ ਜੀ ਸਾਚੀ ਤਾਂ ਕਹਿ ਰਹੇ ਹੋ, ਹੋਰ ਕੀ ਕਹਿ ਰਹੇ ਹੋ, ਪਰ ਫਿਰ ਇਹ ਗੱਲ ਕਹਿਣ ਦਾ ਢੰਗ ਹੁੰਦਾ ਹੈ, ਕਿਸੇ ਨੂੰ ਗੱਲ ਕਹਿ ਕੇ ਨਾ ਫਿਰ ਦੁਬਾਰਾ ਕਈ ਵਾਰੀ ਕਹੀਦਾ ਵੀ ਮਤਾਂ ਤੂੰ ਐਵੇਂ ਜਾਣੇ, ਇਹ ਸੱਚ ਹੈ, ਸਾਚ ਵਿਖਾਣਾ। ਅਸੀਂ ਸਵਈਏ ਪੜ੍ਹਦੇ ਨਾ, ਤਉ ਪ੍ਰਸਾਦ ਸਰਾਵਕ ਸੁਧ ਸਮੋਹ ਸਿਧਾਨਕ ਹੈ, ਅਤੇ ਉਹਨਾਂ 'ਚ ਬਾਪੂ ਗੱਲ ਤਾਂ ਸਾਰੀ ਸੱਚੀ ਕਹਿ ਰਿਹਾ, ਪਰ ਕਹਿੰਦਾ ਮਤਾਂ ਕੋਈ ਫਿਰ ਵੀ ਕੋਈ ਤੋਖਲਾ ਹੋਏ ਤੁਹਾਡੇ ਮਨ ਦੇ ਵਿੱਚ, ਸਾਚ ਕਹੋ ਸੁਣ ਲਿਓ ਸਭੈ, ਇਹ ਹੈ ਸਾਚ ਵਿਖਾਣਾ, ਸਾਹਿਬ ਮਿਹਰਾਮਤ ਕਰਨ। ਇਹਨਾਂ ਆਲਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ ਭਾਈ ਸਾਹਿਬ ਸਮਾਪਨ ਕਰਾਉਂਦੇ ਨੇ, ਮੈਂ ਇਜਾਜ਼ਤ ਚਾਹਾਂਗਾ, ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।